ਤੁਸੀਂ ਦੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਹਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵੱਸਦੇ ਸਾਰੇ ਵੀਅਰਸ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ, ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹਾਂ ਅੱਜ ਦਾ ਮੁੱਦਾ। ਇਸ ਮੰਚ ਦੇ ਉੱਤੇ ਅਸੀਂ ਰੋਜ਼ਾਨਾ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰਦੇ ਹਾਂ ਔਰ ਕੋਸ਼ਿਸ਼ ਕਰਦੇ ਹਾਂ ਭਗਦੇ ਮਸਲਿਆਂ ਨੂੰ ਇਸ ਮੰਚ ਦੇ ਉੱਤੇ ਵਿਚਾਰ ਸਕੀਏ। ਔਰ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ, ਵਾਚ ਕਰਦੇ ਹੋ ਔਰ ਆਪਣੇ ਪ੍ਰਤੀਕਰਮ, ਆਪਣੇ ਤਰਕ ਸਾਡੇ ਨਾਲ ਸਾਂਝੇ ਕਰਦੇ ਹੋ। ਅੱਜ ਵੀ ਇਸ ਮੰਚ ਦੇ ਉੱਤੇ ਅਸੀਂ ਇੱਕ ਅਜਿਹੇ ਵਿਸ਼ੇ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਜਿਹਦੇ ਉੱਤੇ ਵਿਚਾਰ ਕਰਨਾ ਬੇਹੱਦ ਜ਼ਰੂਰੀ ਹੈ, ਕਿਉਂਕਿ ਜਦ ਅਸੀਂ ਕਿਸੇ ਨੂੰ ਵੀ ਕੋਸਦੇ ਹਾਂ ਤਾਂ ਲੇਕਿਨ ਕੋਸਣ ਦੇ ਨਾਲ ਨਾਲ ਅਸੀਂ ਉਹਨੂੰ ਖੁਦ ਆਪ ਹੀ ਚੁਣਦੇ ਹਾਂ ਔਰ ਆਪ ਹੀ ਉਹਨੂੰ ਨਿਯੁਕਤ ਕਰਦੇ ਹਾਂ, ਭਾਵੇਂ ਅਸੀਂ ਇਸ ਧਰਤੀ ਦੇ ਉੱਤੇ ਕੀ ਕਰਦੇ ਹਾਂ ਅਮੈਰੀਕਾ ਦੇ ਵਿੱਚ, ਭਾਵੇਂ ਅਸੀਂ ਪੰਜਾਬ ਦੇ ਵਿੱਚ ਕਰਦੇ ਹਾਂ। ਲੇਕਿਨ ਇਸ ਮੰਚ ਦੇ ਉੱਤੇ ਅਸੀਂ ਹਮੇਸ਼ਾ ਉਹਨਾਂ ਦਰਦਾਂ ਨੂੰ, ਉਹਨਾਂ ਮਸਲਿਆਂ ਨੂੰ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਉਂਦੇ ਹਾਂ ਜੋ ਕਿ ਪੰਜਾਬ ਦੀ ਧਰਤੀ ਦੇ ਨਾਲ ਔਰ ਨੌਰਥ ਅਮੈਰੀਕਾ ਦੀ ਧਰਤੀ ਦੇ ਨਾਲ ਸੰਬੰਧਿਤ ਹਨ ਔਰ ਸਿੱਖ ਡਾਇਸਪੋਰਾ ਦੇ ਵਿੱਚ ਔਰ ਵੱਖ ਵੱਖ ਅਦਾਰਿਆਂ ਵੱਲੋਂ ਔਰ ਵੱਖ ਵੱਖ ਜਿਹੜੇ ਨੁਮਾਇੰਦੇ ਹਨ ਉਹਨਾਂ ਦੇ ਵਿੱਚ ਕੀ ਕੁਝ ਚੱਲ ਰਿਹਾ ਹੈਗਾ ਤਾਂ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਉਂਦੇ ਹਾਂ। ਅੱਜ ਵੀ ਇਸ ਪਲੈਟਫਾਰਮ ਦੇ ਉੱਤੇ ਅਸੀਂ ਇੱਕ ਅਜਿਹੇ ਵਿਸ਼ੇ ਦੇ ਉੱਤੇ ਗੱਲਬਾਤ ਤੁਹਾਡੇ ਨਾਲ ਕਰਨਾ ਚਾਹੁੰਦੇ ਹਾਂ ਜੋ ਕਿ ਬੇਹੱਦ ਖਾਸ ਹੈਗਾ। ਅਪਡੇਟ ਮੈਂ ਤੁਹਾਨੂੰ ਦੇ ਦੇਵਾਂ, ਪੰਜਾਬ ਭਾਰਤ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਬਿਗੁਲ ਹੈਗਾ ਉਹ ਵੱਜ ਚੁੱਕਿਆ ਹੈਗਾ ਅਤੇ 19 ਮਈ ਨੂੰ ਜਿਹੜੀ ਚੋਣਾਂ ਹੋਣਗੀਆਂ 2019 ਦੀ ਲੋਕ ਸਭਾ ਦੀਆਂ ਉਹ ਹੋਣਗੀਆਂ ਔਰ 24 ਮਈ ਨੂੰ ਜਿਹੜੇ ਨਤੀਜੇ ਸਾਹਮਣੇ ਆਉਣਗੇ। ਹੁਣ ਕਿਆਸ ਭਾਰਤ ਦੇ ਵਿੱਚ ਇਹ ਲਗਾਇਆ ਜਾ ਰਿਹਾ ਕਿ ਅਗਲਾ ਪ੍ਰਧਾਨ ਮੰਤਰੀ ਕੌਣ ਹੋਵੇਗਾ। ਕਾਂਗਰਸ ਦੀ ਤਰਫੋਂ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਕੈਂਡੀਡੇਟ ਹਨ, ਬੀਜੇਪੀ ਦੀ ਤਰਫੋਂ ਨਰਿੰਦਰ ਮੋਦੀ ਕੈਂਡੀਡੇਟ ਹਨ ਜੋ ਕਿ UPA ਦੀ ਤਰਫੋਂ ਅਗਵਾਈ ਕਰ ਰਹੇ ਹਨ ਰਾਹੁਲ ਗਾਂਧੀ ਔਰ NDA ਦੀ ਤਰਫੋਂ ਅਗਵਾਈ ਕਰ ਰਹੇ ਹਨ ਨਰਿੰਦਰ ਮੋਦੀ। ਲੇਕਿਨ ਜਦ ਅਸੀਂ ਪੰਜਾਬ ਦੇ ਵੱਲ ਚਲੇ ਜਾਂਦੇ ਹਾਂ ਤਾਂ 13 ਸੀਟਾਂ ਦੇ ਉੱਤੇ ਇਸ ਟਾਈਮ ਜਿਹੜੇ ਹਾਲਾਤ ਨੇ ਟਿਕਟ ਦੀ ਵੰਡ ਨੂੰ ਲੈ ਕੇ ਉਹ ਹੁਣ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ। ਸੁਰਖੀਆਂ ਦੇ ਵਿੱਚ ਇਹ ਬਣਿਆ ਹੋਇਆ ਕਿ ਹੁਣ ਵੱਖ ਵੱਖ ਜਿਹੜੀ 4 ਮੇਜਰ ਸੀਟਾਂ ਹਨ, ਗੁਰਦਾਸਪੁਰ, ਬਠਿੰਡਾ, ਅੰਮ੍ਰਿਤਸਰ, ਇਹਨਾਂ ਸੀਟਾਂ ਦੇ ਉੱਤੇ ਕੌਣ ਕੈਂਡੀਡੇਟ ਹੋਏਗਾ। ਜੇਕਰ ਹਾਲ ਫਿਲਹਾਲ ਦੀ ਗੱਲ ਕਰ ਲਈ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਨੂੰ ਲੈ ਕੇ ਬੜੇ ਸਾਰੇ ਕਿਆਸ ਜਿਹੜੇ ਨੇ ਉਹ ਲਗਾਏ ਜਾ ਰਹੇ ਹਨ। 13 ਲੋਕ ਸਭਾ ਸੀਟਾਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ 100% ਸ਼ੋਰ ਹਨ ਕਿ ਅਸੀਂ ਜਿੱਤਾਂਗੇ। ਲੇਕਿਨ ਅੰਮ੍ਰਿਤਸਰ ਤੋਂ ਕਿਹਨੂੰ ਕੈਂਡੀਡੇਟ ਮੈਦਾਨ ਦੇ ਵਿੱਚ ਕਾਂਗਰਸ ਪਾਰਟੀ ਤਰਫੋਂ ਉਤਾਰਿਆ ਜਾਏਗਾ ਇਹਦੇ ਉੱਤੇ ਇੱਕ ਵੱਡਾ ਸਸਪੈਂਸ ਬਣਿਆ ਹੋਇਆ। ਕੈਪਟਨ ਅਮਰਿੰਦਰ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਅਪਰੋਚ ਕੀਤੀ ਕਿ ਤੁਸੀਂ ਇਸ ਸੀਟ ਤੋਂ ਨੁਮਾਇੰਦਗੀ ਕਰੋ, ਇਸ ਸੀਟ ਤੋਂ ਤੁਸੀਂ ਕੈਂਡੀਡੇਟ ਬਣ ਕੇ ਸਾਹਮਣੇ ਆਓ। ਡਾਕਟਰ ਮਨਮੋਹਨ ਸਿੰਘ ਨੇ ਆਪਣੇ ਸਿਹਤ ਦਾ ਹਵਾਲਾ ਦਿੰਦੇ ਹੋਏ ਹਜੇ ਨਾ ਹਾਂ ਕੀਤੀ ਹੈ ਨਾ ਨਾ ਕੀਤੀ ਹੈ, ਲੇਕਿਨ ਸਸਪੈਂਸ ਹਜੇ ਵੀ ਬਰਕਰਾਰ ਹੈ। ਇਹ ਵੀ ਮੰਨਿਆ ਜਾ ਰਿਹਾ ਕਿ ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਦੀ ਸੀਟ ਤੋਂ ਐਲਾਨਿਆ ਜਾ ਸਕਦਾ ਹੈ। ਲੇਕਿਨ ਹਜੇ ਰਣਨੀਤੀ ਕਾਂਗਰਸ ਦੀ ਤਰਫੋਂ ਤਿਆਰ ਨਹੀਂ ਕੀਤੀ ਗਈ ਜਾਂ ਤਿਆਰ ਕਰ ਵੀ ਲਿੱਤੀ ਗਈ ਹੈ ਤਾਂ ਸਾਹਮਣੇ ਹਜੇ ਜਨਤਕ ਨਹੀਂ ਹੋਈ ਹੈ। ਚੋਣ ਜਾਬਤਾ ਪੂਰੇ ਦੇਸ਼ ਦੇ ਵਿੱਚ ਲੱਗ ਚੁੱਕਿਆ ਹੈ। ਇਲੈਕਸ਼ਨ ਕਮਿਸ਼ਨ ਬੜੀ ਸਖਤਾਈ ਕਰਦਾ ਹੋਇਆ ਨਜ਼ਰ ਵੀ ਆ ਰਿਹਾ ਪੰਜਾਬ ਦੇ ਵਿੱਚ ਵੱਖ ਵੱਖ ਜਗ੍ਹਾਵਾਂ 'ਤੇ ਜਿੱਥੇ ਚੋਣ ਦਾ ਕੋਈ ਵੀ ਸਮੱਗਰੀ ਪਾਈ ਜਾਂਦੀ ਹੈ ਤਾਂ ਉਹਨੂੰ ਆਪਣੇ ਕਬਜ਼ੇ ਦੇ ਵਿੱਚ ਕਰ ਲਿੱਤਾ ਜਾਂਦਾ ਅਤੇ ਚੋਣ ਜਾਬਤੇ ਦੇ ਵਿੱਚ ਤੁਸੀਂ ਕੋਈ ਵੀ ਕੰਪੇਨਿੰਗ ਜਿਹੜੀ ਹੈ ਹਾਲ ਫਿਲਹਾਲ ਦੇ ਵਿੱਚ ਹਜੇ ਨਹੀਂ ਕਰ ਸਕਦੇ। ਉਸ ਤੋਂ ਬਾਅਦ ਜਦ ਅਸੀਂ BJP ਦੀ ਗੱਲ ਕਰ ਲੈਂਦੇ ਹਾਂ ਤਾਂ BJP ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਲ ਕੇ ਅੰਮ੍ਰਿਤਸਰ ਦੀ ਸੀਟ ਦੇ ਉੱਤੇ ਵੱਡਾ ਫੈਸਲਾ ਕਰ ਸਕਦੀ ਹੈ। ਮੀਡੀਆ ਦੇ ਵਿੱਚ ਇਹ ਵੀ ਖਬਰ ਆ ਰਹੀ ਹੈ ਸਾਹਮਣੇ ਕਿ BJP ਕੋਸ਼ਿਸ਼ ਕਰ ਰਹੀ ਹੈ ਅਦਾਕਾਰ ਸਨੀ ਦਿਓਲ ਨੂੰ ਲਿਆਉਣ ਦੀ ਅੰਮ੍ਰਿਤਸਰ ਤੋਂ। ਅਤੇ ਤੁਸੀਂ ਸੋਚੋ ਜੇਕਰ ਸਨੀ ਦਿਓਲ ਅੰਮ੍ਰਿਤਸਰ ਤੋਂ ਮੈਦਾਨ ਦੇ ਵਿੱਚ ਉਤਰਨਗੇ ਤਾਂ ਕੈਂਡੀਡੇਟ ਕੀ ਹੋ ਸਕਦੇ ਹਨ। ਕਾਂਗਰਸ ਦੀ ਤਰਫੋਂ ਡਾਕਟਰ ਮਨਮੋਹਨ ਸਿੰਘ, ਉਹਨਾਂ ਦੇ ਸਾਹਮਣੇ ਸਨੀ ਦਿਓਲ, ਅਗਰ BJP ਨੂੰ ਅੰਮ੍ਰਿਤਸਰ ਦੀ ਸੀਟ ਦਿੱਤੀ ਜਾਂਦੀ ਹੈ। ਲੇਕਿਨ BJP ਚਾਹੁੰਦੀ ਹੈ ਕਿ ਅੰਮ੍ਰਿਤਸਰ ਜਿਹੜਾ ਉਹ BJP ਨੇ ਹਮੇਸ਼ਾ ਐਕੁਆਇਰ ਕੀਤਾ ਹੈ ਤਾਂ ਇਸ ਵਾਰ ਵੀ BJP ਚਾਹੇਗੀ ਕਿ ਆਪਣਾ ਕੈਂਡੀਡੇਟ ਉਹ ਅੰਮ੍ਰਿਤਸਰ ਤੋਂ ਘੋਸ਼ਿਤ ਕਰਨ। ਸਨੀ ਦਿਓਲ ਨਾਲ ਗੱਲ ਚੱਲ ਰਹੀ ਹੈ, ਹੁਣ ਤਰੀਕਾਂ ਦੇ ਤਰੀਕ ਮੰਗਣ ਵਾਲੇ ਸਨੀ ਦਿਓਲ ਆਪਣੀ ਕਿਸਮਤ ਅਜ਼ਮਾ ਸਕਦੇ ਹਨ ਅੰਮ੍ਰਿਤਸਰ ਤੋਂ। ਔਰ ਹਿੰਦੁਸਤਾਨ ਜ਼ਿੰਦਾਬਾਦ
ਦਾ ਉਹਨਾਂ ਦਾ ਨਾਰਾ ਮੈਨੂੰ ਗਦਰ ਪਿਕਚਰ ਦਾ ਯਾਦ ਆਉਂਦਾ, ਜਦ ਸਾਹਮਣੇ ਡਾਕਟਰ ਮਨਮੋਹਨ ਸਿੰਘ ਖੜੇ ਹੋਣਗੇ ਤਾਂ ਕੀ ਕਿਉਂ ਚੱਲੇਗਾ, ਇਹ ਵੀ ਇੱਕ ਵੇਖਣ ਵਾਲੀ ਗੱਲ ਹੈ। ਜੇਕਰ ਡਾਕਟਰ ਮਨਮੋਹਨ ਸਿੰਘ ਨੂੰ ਟਿਕਟ ਨਹੀਂ ਮਿਲਦੀ ਜਾਂ ਫਿਰ ਆਪਣਾ ਸਿਹਤ ਦਾ ਹਵਾਲਾ ਦਿੰਦੇ ਹਨ ਤਾਂ ਨਵਜੋਤ ਕੌਰ ਸਿੱਧੂ, ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ, ਉਹ ਮੈਦਾਨ ਦੇ ਵਿੱਚ ਉਤਰ ਸਕਦੀਆਂ ਹਨ। ਤਾਂ ਹੁਣ ਇੱਕ ਵੱਡਾ ਫੈਸਲਾ ਜਿਹੜਾ ਹੈਗਾ ਉਹ ਵੀ ਪੰਜਾਬ ਦੇ ਵਿੱਚ ਜਿਹੜੀ ਨਿੱਕੇ ਦਲ ਨੇ, ਛੋਟੇ ਦਲ ਨੇ, ਉਹਨਾਂ ਦੀ ਤਰਫੋਂ ਵੀ ਲਿੱਤਾ ਗਿਆ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਜਿਹੜਾ ਹੈ, ਡਾਕਟਰ ਧਰਮਵੀਰ ਗਾਂਧੀ, ਸੁਖਪਾਲ ਖਹਿਰਾ, ਸਿਮਰਜੀਤ ਸਿੰਘ ਬੈਂਸ, ਜੋ ਕਿ ਵੱਖ ਵੱਖ ਪਾਰਟੀ ਦੇ ਕਨਵੀਨਰ ਹਨ, ਡਾਕਟਰ ਧਰਮਵੀਰ ਗਾਂਧੀ ਨੇ ਨਵਾਂ ਪੰਜਾਬ ਪਾਰਟੀ ਆਪਣੀ ਸ਼ੁਰੂ ਕੀਤੀ ਹੈ। ਉਸ ਤੋਂ ਬਾਅਦ ਸੁਖਪਾਲ ਖਹਿਰਾ ਪਹਿਲਾਂ ਹੀ ਪੰਜਾਬੀ ਏਕਤਾ ਪਾਰਟੀ ਦਾ ਐਲਾਨ ਕਰ ਚੁੱਕੇ ਹਨ। ਲੋਕ ਇਨਸਾਫ ਪਾਰਟੀ ਦੇ ਕਨਵੀਨਰ ਸਿਮਰਜੀਤ ਸਿੰਘ ਬੈਂਸ, ਉਹ ਵੀ ਲੁਧਿਆਣੇ ਤੋਂ ਵਿਧਾਇਕ ਹਨ, ਔਰ ਉਹਨਾਂ ਦੇ ਜਿਹੜੇ ਭਰਾ ਹਨ ਉਹ ਵੀ ਲੁਧਿਆਣੇ ਤੋਂ ਵਿਧਾਇਕ ਹਨ, ਅਤੇ ਦੋਵਾਂ ਦੀ ਪਾਰਟੀ ਹੈਗੀ ਹੈ ਲੋਕ ਇਨਸਾਫ ਪਾਰਟੀ। ਤਾਂ ਜਿਹੜੇ ਛੋਟੇ ਦਲ ਨੇ, ਇਹ ਛੋਟੇ ਦਲ ਹੁਣ ਮਿਲ ਕੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਬਣ ਚੁੱਕੇ ਆ। ਕਈ ਕਈ ਸੀਟਾਂ ਦੇ ਉੱਤੇ ਇਹਨਾਂ ਨੇ ਆਪਣੇ ਉਮੀਦਵਾਰ ਘੋਸ਼ਿਤ ਕਰ ਦਿੱਤੇ ਹਨ, ਲੇਕਿਨ ਸਸਪੈਂਸ ਸੁਖਪਾਲ ਖਹਿਰਾ ਨੂੰ ਲੈ ਕੇ ਬਣਿਆ ਹੋਇਆ ਕਿ ਸੁਖਪਾਲ ਖਹਿਰਾ ਕਿੱਥੋਂ ਲੜਨਗੇ। ਮੀਡੀਆ ਦੇ ਵਿੱਚ ਇਹ ਵੀ ਰਿਪੋਰਟ ਸਾਹਮਣੇ ਆ ਰਹੀ ਕਿ ਸੁਖਪਾਲ ਖਹਿਰਾ ਬਠਿੰਡਾ ਸੀਟ ਤੋਂ ਆਪਣੀ ਹਿਮਾਇਤ ਰੱਖ ਸਕਦੇ ਹਨ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ। ਉਹ ਸਿਰਫ ਜਾਂ ਤਾਂ ਵੇਟ ਕਰ ਰਹੇ ਹਨ ਕਿ ਬੀਬੀ ਹਰਸਿਮਰਤ ਕੌਰ ਬਾਦਲ ਇਸ ਵਾਰ ਕਿੱਥੋਂ ਲੜਨਗੇ। ਜੇਕਰ ਬਠਿੰਡਾ ਤੋਂ ਬੀਬੀ ਹਰਸਿਮਰਤ ਕੌਰ ਬਾਦਲ ਲੜਦੀ ਹਨ ਤਾਂ ਸੁਖਪਾਲ ਖਹਿਰਾ ਪਹਿਲਾਂ ਹੀ ਮੀਡੀਆ ਦੇ ਵਿੱਚ ਇਹ ਬਿਆਨ ਦੇ ਚੁੱਕੇ ਹਨ ਕਿ ਉਹ ਵੀ ਉਹਨਾਂ ਦੇ ਸਾਹਮਣੇ ਕੰਟੈਸਟ ਕਰਨਗੇ। ਅਤੇ ਹੁਣ ਟਿਕਟਾਂ ਨੂੰ ਲੈ ਕੇ ਜਿਹੜੀ ਨਿਊ ਡੈਮੋਕ੍ਰੈਟਿਕ ਅਲਾਇੰਸ ਅਸੀਂ ਕਹਿ ਸਕਦੇ ਹਾਂ ਪੰਜਾਬ ਦਾ, ਉਹ ਵੀ ਹੁਣ ਗੰਭੀਰ ਹੋ ਚੁੱਕੇ ਆ, ਵਿਚਾਰ ਕਰ ਰਿਹਾ। ਕਾਂਗਰਸ ਜਿਹੜੀ ਹੈ 13 ਉਮੀਦਵਾਰਾਂ ਨੂੰ ਲੈ ਕੇ ਉਹ ਵਿਚਾਰ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਆਪਣੀ ਸਾਂਝ ਬੀਜੇਪੀ ਨਾਲ ਬਣਾ ਰਹੀ ਹੈ ਕਿ ਕਿੱਥੋਂ ਕਿੱਥੋਂ ਕਿਹਨੂੰ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਲੇਕਿਨ ਜਦ ਹਾਲ ਫਿਲਹਾਲ ਦੇ ਵਿੱਚ ਪ੍ਰੈਸ ਨੇ ਸੁਖਪਾਲ ਖਹਿਰਾ ਨਾਲ ਗੱਲ ਕੀਤੀ ਤਾਂ ਕੁਝ ਆਪਣੇ ਅੰਦਾਜ਼ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਪੰਜਾਬੀ ਏਕਤਾ ਪਾਰਟੀ ਦੇ ਕਨਵੀਨਰ ਸੁਖਪਾਲ ਖਹਿਰਾ। ਕੀ ਕੁਝ ਉਹਨਾਂ ਨੇ ਮੀਡੀਆ ਨੂੰ ਬਿਆਨ ਦਿੱਤੇ, ਇੱਕ ਵਾਰੀ ਅਸੀਂ ਉਹਦੇ ਉੱਤੇ ਨਜ਼ਰ ਪਾ ਲੈਂਦੇ ਹਾਂ। ਬਹੁਤ ਮੈਨੇ ਖੇਸ ਬੈਠਕ ਹੋਈ ਹੁਣੇ, ਔਰ ਉਸ ਬੈਠਕ ਦੇ ਵਿੱਚ ਅਸੀਂ ਨਾ ਸਿਰਫ ਸੀਟ ਸ਼ੇਅਰਿੰਗ ਪਰ ਜੋ ਪੰਜਾਬ ਦੇ ਇਸ਼ੂਜ਼ ਨੇ ਔਰ ਜੋ ਆਗਾਮੀ ਲੋਕ ਸਭਾ ਦੇ ਨੈਸ਼ਨਲ ਇਸ਼ੂਜ਼ ਨੇ ਉਹਨਾਂ ਦੇ ਉੱਤੇ ਆਮ ਸਹਿਮਤੀ ਬਣਾਈ ਆ। ਇਸ ਲਈ ਅੱਜ ਵੀ ਸਾਡੀ ਟਕਸਾਲੀ ਅਕਾਲੀ ਦਲ ਨੂੰ ਇਹ ਅਪੀਲ ਆ ਕਿ ਪੰਜਾਬ ਦੇ ਇਸ਼ੂਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਆਪਣੀਆਂ ਜਿਹੜੀਆਂ ਦੋ ਸੀਟਸ ਯੂਨੀਲੈਟਰਲੀ ਅਨਾਊਂਸ ਕੀਤੀਆਂ ਸੀ ਆਪਣੇ ਕੈਂਡੀਡੇਟਸ ਵਿਦਡਰਾਅ ਕਰੋ ਔਰ ਪੰਜਾਬ ਦੇ ਹਿੱਤ ਨੂੰ ਮੱਦੇਨਜ਼ਰ ਰੱਖਦੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦਾ ਹਿੱਸਾ ਬਣੋ ਔਰ ਪੰਜਾਬ ਦੇ ਮੁੱਦਿਆਂ ਵਾਸਤੇ ਬਾਦਲ ਅਤੇ ਕੈਪਟਨ ਦੇ ਰਾਜ ਜੋ ਇਹਨਾਂ ਨੇ ਇਸ ਵਕਤ ਭ੍ਰਿਸ਼ਟਾਚਾਰ, ਨਸ਼ੇ, ਬੇਰੁਜ਼ਗਾਰੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਆਤਮ ਹੱਤਿਆ, ਵਪਾਰੀਆਂ ਦਾ ਕਾਂਡ, ਇਹ ਸਾਰੇ ਇਸ਼ੂਜ਼ ਜਿਹੜੇ ਅਸੀਂ ਲੈ ਕੇ ਲੋਕਾਂ ਦੀ ਕਚਹਿਰੀ ਵਿੱਚ ਜਾਵਾਂਗੇ ਉਹਨਾਂ ਦਾ ਨੈਤਿਕ ਫਰਜ਼ ਬਣਦਾ ਕਿ ਅਗਰ ਤੁਸੀਂ ਵਾਕਈ ਪੰਜਾਬ ਦੇ ਹਿਤੈਸ਼ੀ ਹੋ। ਤਾਂ 6 ਛੋਟੇ ਦਲ ਜਿਹੜੇ ਨੇ ਪੰਜਾਬ ਦੇ ਵਿੱਚ ਉਹ ਇਕਜੁੱਟ ਹੋ ਚੁੱਕੇ ਹਨ, ਜਿਨ੍ਹਾਂ ਨੇ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀ ਸ਼ੁਰੂਆਤ ਕੀਤੀ ਹੈ, ਜਿਹਦੇ ਵਿੱਚ ਲੋਕ ਇਨਸਾਫ ਪਾਰਟੀ, ਪੰਜਾਬੀ ਏਕਤਾ ਪਾਰਟੀ, ਆਪਣਾ ਪੰਜਾਬ ਪਾਰਟੀ, CPI, BSP ਅਤੇ ਵੱਖ ਵੱਖ ਜਿਹੜੇ ਤਮਾਮ ਦਲ ਹਨ ਉਹ ਹੁਣ ਇਕਜੁੱਟ ਹੋ ਚੁੱਕੇ ਹਨ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅਤੇ BJP ਦੇ ਨਾਲ ਲੜਨ ਦੇ ਲਈ। ਹੁਣ ਗੱਲ ਕਰਦੇ ਹਾਂ ਜੀ ਆਮ ਆਦਮੀ ਪਾਰਟੀ ਦੀ। ਸੰਗਰੂਰ ਜ਼ਿਲ੍ਹੇ ਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਪਣਾ ਕੈਂਡੀਡੇਟ ਕਿਹਨੂੰ ਘੋਸ਼ਿਤ ਕਰੇਗੀ, ਭਗਵੰਤ ਮਾਨ ਕਿੱਥੋਂ ਲੜਨਗੇ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ। ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਜੋ ਕਿ MP ਹਨ ਹਾਲ ਫਿਲਹਾਲ ਦੇ ਵਿੱਚ, ਉਹ ਹੁਣ ਕਿੱਥੋਂ ਆਪਣੀ ਤਿਆਰੀ ਕਰ ਰਹੇ ਹਨ ਕਿ ਉਹ ਮੁੜ ਤੋਂ ਪਟਿਆਲਾ ਤੋਂ ਚੋਣ ਲੜਨਗੇ। ਉਹਦਾ ਵੀ ਰਸਮੀ ਐਲਾਨ ਜਿਹੜਾ ਉਹਨਾਂ ਨੇ ਛੇਤੀ ਹੀ ਕਰਨਾ। ਅਤੇ ਹੁਣ ਸਸਪੈਂਸ ਜਿਹੜਾ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਬਣਿਆ ਹੋਇਆ, ਡਾਕਟਰ ਧਰਮਵੀਰ ਗਾਂਧੀ ਨੇ ਵੀ ਮੀਡੀਆ ਨੂੰ ਆਪਣੇ ਬਿਆਨ ਦਿੱਤੇ, ਇੱਕ ਵਾਰੀ ਉਹ ਵੀ ਸੁਣ ਲੈਂਦੇ ਹਾਂ। ਪੰਜਾਬੀ ਕੌਮ ਕੀ ਪਾਰਟੀਆਂ ਜੋ ਪੰਜਾਬੀ ਕੌਮ ਕਿਹਦੋਂ ਕੀ ਬਾਤ ਕਰਤੀ ਹੈ, ਜੈਸੇ ਬਹੁਜਨ ਸਮਾਜ ਪਾਰਟੀ ਹੈ ਜਾਂ ਫਿਰ ਖਹਿਰਾ ਸਾਹਿਬ ਕੀ ਏਕਤਾ ਪੰਜਾਬੀ ਪੰਜਾਬ ਏਕਤਾ ਪਾਰਟੀ ਹੈ। ਹਮਾਰੀ ਆਜ ਹੀ ਰਜਿਸਟ੍ਰੇਸ਼ਨ ਹੋਈ ਹੈ ਔਰ ਆਜ ਰਜਿਸਟ੍ਰੇਸ਼ਨ ਹੋਈ ਹੈ ਆਜ ਹੋਈ ਹੈ ਨਵਾਂ ਪੰਜਾਬ ਪਾਰਟੀ ਹਮਾਰੀ ਪਾਰਟੀ ਕਾ ਜੋ ਹੈ ਔਰ ਇੱਕ ਮਹਾਗਠਬੰਧਨ ਮੰਨੇ ਜਾ ਰਹਾ ਹੈ ਮਹਾਗਠਬੰਧਨ ਮੰਨੇ ਜਾ ਰਹਾ ਹੈ ਜੋ ਪੰਜਾਬ ਮੇਂ ਜੋ ਟ੍ਰੈਡੀਸ਼ਨਲ ਪੋਲੀਟਿਕਸ ਹੈ ਜੋ ਪਰੰਪਰਾਵਾਦੀ ਪਾਰਟੀਆਂ ਹੈ ਜਿਨ੍ਹਾਂ ਪੰਜਾਬ ਕਾ 70 ਸਾਲ ਮੇਂ ਪੰਜਾਬ ਕੇ ਸਾਧਨੋ ਕੀ ਔਰ ਪੰਜਾਬ ਕੇ ਸੱਤਾ ਪੇ ਜੋ ਕਬਜ਼ਾ ਜਮਾਏ ਹੋਏ ਹੈ ਜੋ ਉਸਕੀ ਜੋ ਲੂਟ ਕੀ ਹੈ ਜਿਸ ਨਿਰਦੇਹਤਾ ਸੇ ਲੂਟ ਕੀ ਹੈ ਉਸਕੋ ਖਤਮ ਕਰ ਲਿਖੀ ਮਹਾਗਠਬੰਧਨ ਜੋ ਅਤੇ ਵੇਖਣਾ ਹੋਏਗਾ ਕਿ ਮਹਾਗਠਬੰਧਨ
सोने की चिड़ी नूं मुड़ तो पंजाब दे विच लैके आउंदा या फिर नहीं। किहड़े किहड़े कैंडीडेट किहड़ी किहड़ी पार्टी दे होणगे साढ़े नाल ब्रेक तो बाद जुड़नगे सीनियर जर्नलिस्ट पंजाबी ट्रिब्यून अखबार दे, उन्हां तों आपां लवांगे ओपीनियन। मिलदे हां ब्रेक तो बाद। दोस्तों मुड़ हाजिर हां तुहाडी खिदमत दे विच अज दा मुद्दा लैके। गल लोक सभा चोणां 2019 दीआं हो रहीआं हन, जेकर असीं पंजाब दे वल नज़र पाउने आ तां उत्थे की कुछ चल रिहा वह भी जानने की कोशिश कर लेने। दिल्ली सिख गुरद्वारा प्रबंधक कमेटी वह भी सुर्खियों के बनी हुई है, तो नाल ही दिल्ली दे विच किन्नू MPD टिकट मिल सकती है, कौन सिख चेहरा दिल्ली दे विच मैदान तो उतर सकता वह भी जानने की कोशिश कर लेने। मनदीर सिंह दियोल सीनियर जर्नलिस्ट मेरे नाल इस टाइम फोन लाइन पर मौजूद हैं। दियोल साहब तुहाडा स्वागत है साडे प्रोग्राम दे विच। मैं तुहाडा सब तो पहला सवाल जानना चाहूँगा, हवा किस पासे चल रही है भारत दे विच? ਭਾਰਤ ਵਿੱਚ ਹਵਾ ਫਿਲਹਾਲ ਜੋ ਹੈ ਥੁੱਲੀ ਹੋਈ ਹੈ, ਕਿਉਂਕਿ ਹੁਣ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤੇ ਮੁੱਦੇ ਘੜੇ ਜਾ ਰਹੇ ਹਨ ਔਰ ਮੁੱਖ ਸਿਆਸੀ ਪਾਰਟੀਆਂ ਭਾਜਪਾ ਤੇ ਕਾਂਗਰਸ ਵੱਲੋਂ ਜੋ ਹੈ ਆਪਣੇ ਪੂਰੇ ਘੋੜੇ ਦੌੜਾਏ ਜਾ ਰਹੇ ਆ ਔਰ ਚੋਣ ਪ੍ਰਚਾਰ ਹੁਣ ਅਗਲੇ ਦਿਨਾਂ 'ਚ ਬਹੁਤ ਤੇਜ਼ ਹੋ ਜਾਏਗਾ ਅਜੇ ਤੱਕ, ਕਿਉਂਕਿ ਦਿੱਲੀ ਦਾ ਲੀਡਰ ਜੋ ਹੈ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਹੁਲ ਗਾਂਧੀ ਕਾਂਗਰਸ ਦੇ ਜੋ ਇੱਕ ਕੌਮੀ ਪ੍ਰਧਾਨ ਹਨ ਉਹਨਾਂ ਵੱਲੋਂ ਜੋ ਹੈ ਆਪਣੇ ਵੋਟਾਂ ਨੂੰ ਲਾਮਬੰਦ ਕੀਤਾ ਜਾ ਰਿਹਾ। ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਡੀਆਂ ਰੈਲੀਆਂ ਕਰਕੇ ਜੋ ਹੈ ਪੁਲਵਾਮਾ ਹਮਲੇ ਜੋ ਸ਼ਸਤੀਕਰਨ ਕੀਤਾ ਜਾ ਰਿਹਾ ਉਸ ਤੋਂ ਲੈ ਕੇ ਜੋ ਹੈ ਕਾਫੀ ਹਲਚਲ ਹੈ ਔਰ ਕਿਉਂਕਿ ਸੈਨਾ ਵੱਲੋਂ ਜੋ ਕਾਰਵਾਈ ਕੀਤੀ ਗਈ ਹੈ ਉਹਦਾ ਸਿਆਸੀ ਲਿਹਾਜ਼ ਲਿਆ ਜਾਵੇ ਇਸ ਮੁੱਦੇ ਤੇ ਲੈ ਕੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਵਿੱਚ ਕਾਫੀ ਜੋਰ ਸ਼ੋਰ ਜਾਂ ਕਾਫੀ ਦੂਸ਼ਣਬਾਜ਼ੀ ਹੋਣ ਦੇ ਆਸਾਰ ਹਨ ਅਗਲੇ ਦਿਨਾਂ ਵਿੱਚ ਜੀ। ਠੀਕ ਹੈ, ਤੇ ਜੇਕਰ ਉਹਨਾਂ ਪੰਜਾਬ ਦੇ ਵੱਲ ਝਾਤੀ ਮਾਰ ਲਈਏ ਤਾਂ ਕੀ ਕੁਝ ਚੱਲ ਰਿਹਾ ਪੰਜਾਬ ਦੇ ਵਿੱਚ? ਹਾਂ, ਪੰਜਾਬ ਵਿੱਚ ਬਹੁਤ ਅਹਿਮ ਸਰਗਰਮੀਆਂ ਇਸ ਵਾਰ ਦੇਖਣ ਨੂੰ ਮਿਲਣਗੀਆਂ ਲੋਕ ਸਭਾ ਚੋਣਾਂ ਦੌਰਾਨ, ਕਿਉਂਕਿ ਲੋਕ ਸਭਾ ਚੋਣਾਂ ਦੌਰਾਨ ਇਸ ਵਾਰੀ ਬਹੁਤ ਧੜੇ ਬਹੁ ਪਰਤੀ ਸਿਸਟਮ ਦੇਖਣ ਨੂੰ ਮਿਲੇਗਾ ਤੇ ਕਿਉਂਕਿ ਕਈ ਪਾਰਟੀਆਂ ਪੈਦਾ ਹੋ ਗਈਆਂ ਹਨ ਤੇ ਇਸ ਕਰਕੇ ਜੋ ਹੈ ਪੰਜਾਬ ਵਿੱਚ ਜਿਹੜੀ ਸਿਆਸੀ ਘਮਾ ਸਨ ਬਹੁਤ ਤੇਜ਼ ਹੋਏਗਾ ਜਾਂ ਬਹੁਤ ਗਹਿ ਗੱਚ ਲੜਾਈ ਹੋਣ ਦੇ ਆਸਾਰ ਹੈ, ਕਿਉਂਕਿ ਜਿੱਥੇ ਪੰਜਾਬ 'ਚ ਕਾਂਗਰਸ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਹੈ ਨਹੀਂ, ਨਾਲ ਹੀ ਦੋ ਧਿਰਾਂ ਹੋਰ ਜੋ ਪੈਦਾ ਹੋ ਚੁੱਕੀਆਂ ਹੋਈਆਂ ਹਨ ਉਹਦੇ ਵਿੱਚ ਆਮ ਆਦਮੀ ਪਾਰਟੀ ਦਾ ਪਹਿਲਾਂ ਹੀ ਜੋ 4 ਲੋਕ ਸਭਾ ਚੋਣਾਂ ਜਿੱਤੀ ਸੀ ਪਿਛਲੇ 2014 ਵਿੱਚ ਜੀ, ਤੇ ਇਸ ਵਾਰੀ ਪੰਜਾਬ ਜਮਹੂਰੀ ਗੱਠਜੋੜ ਵੱਲੋਂ ਵੀ ਇੱਕ ਤੀਜੀ ਧਿਰ ਖੜੀ ਕੀਤੀ ਗਈ ਜਿਸ ਵਿੱਚ ਧਰਮਵੀਰ ਗਾਂਧੀ ਜੀ, ਸੁਖਪਾਲ ਖਹਿਰਾ ਤੇ ਬੈਂਸ ਭਰਾ ਸ਼ਾਮਿਲ ਹਨ ਤੇ ਉਹਦੇ ਚ ਬਹੁਜਨ ਸਮਾਜ ਪਾਰਟੀ ਦੇ ਨਾਲ ਨਾਲ ਖਾਸੀਅਤ ਇਹ ਹੈ ਕਿ ਉਹਦੇ ਵਿੱਚ CPI ਤੇ RCPI ਵੀ ਸ਼ਾਮਿਲ ਹੋ ਗਏ ਹਨ, ਇਸ ਕਰਕੇ ਜੋ ਹੈ ਇਹ ਗੱਠਜੋੜ ਉੱਪਰ ਪੰਜਾਬ ਦੇ ਵਿੱਚ ਲੋਕਾਂ ਦੀ ਖਾਸ ਨਜ਼ਰ ਰਹੇਗੀ ਕਿਉਂਕਿ ਇਸ ਵਿੱਚ ਪਿਛਲੇ ਜੋ ਹੈ ਉਹਨਾਂ ਨੇ 12 ਸੀਟਾਂ ਉੱਤੇ ਸਹਿਮਤੀ ਹੋ ਗਈ ਹੈ ਔਰ ਉਹ 13 ਸੀਟਾਂ ਤੇ ਲੜਾਈ ਲੜਨਗੇ। ਸੁਖਪਾਲ ਖਹਿਰਾ ਜੋ ਬਰਗਾੜੀ ਦੇ ਮੁੱਦੇ ਤੋਂ ਬਾਅਦ ਜੋ ਹੈ ਉਹ ਇੱਕਦਮ ਉੱਘੇ ਲੀਡਰ ਉੱਭੇ ਸਨ ਤੇ ਆਮ ਆਦਮੀ ਪਾਰਟੀ ਨੇ ਜਿੰਨਾ ਸਭ ਤੋਂ ਜ਼ਿਆਦਾ ਖੋਰਾ ਲੱਗਣਾ ਤਾਂ ਉਹ ਖਹਿਰਾ ਗਰੁੱਪ ਵੱਲੋਂ ਹੀ ਲਾਇਆ ਜਾਣਾ ਜੀ। ਦਿਓਲ ਸਾਹਿਬ, ਜੇਕਰ ਹੁਣ ਪੰਜਾਬ ਦੇ ਮੁੱਦਿਆਂ ਦੀ ਗੱਲ ਕਰ ਲਈਏ ਤਾਂ ਪਿਛਲੇ ਲੰਬੇ ਸਮੇਂ ਤੋਂ ਭਾਵੇਂ ਉਹ ਬਰਗਾੜੀ ਮੋਰਚਾ ਹੋਵੇ, ਪੰਜਾਬ ਦੇ ਵਿੱਚ ਬੇਦਬੀ ਮਾਮਲੇ ਨੂੰ ਲੈ ਕੇ ਜਿਹੜੀ ਸਿਆਸਤ ਹੈ ਉਹ ਵੇਖਣ ਨੂੰ ਮਿਲੀ ਹੈ, ਅਤੇ ਕਾਂਗਰਸ ਤਾਂ ਬੜੀ ਕੌਨਫੀਡੈਂਸ ਨਜ਼ਰ ਆ ਰਹੀ ਹੈ, ਕੈਪਟਨ ਅਮਰਿੰਦਰ ਸਿੰਘ ਬੜੇ ਕੌਨਫੀਡੈਂਸ ਨਜ਼ਰ ਆ ਰਹੇ ਨੇ ਕਿ ਅਸੀਂ 13 ਦੀ 13 ਸੀਟਾਂ ਜਿੱਤਾਂਗੇ। ਸ਼੍ਰੋਮਣੀ ਅਕਾਲੀ ਦਲ ਨੂੰ ਕਿੱਥੇ ਵੇਖਦੇ ਹੋ ਜਦੋਂ ਅਸੀਂ ਇਹਨਾਂ ਮੁੱਦਿਆਂ ਨੂੰ ਵੇਖਦੇ ਹਾਂ? ਤੇ ਦੇਖਦੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਵਾਰ ਹਾਲਤ ਪਤਲੀ ਹੋ ਸਕਦੀ ਹੈ ਕਿਉਂਕਿ ਜੋ ਹੈ ਜੋ ਉਹਨਾਂ ਦੀ ਜੋ ਪੋਜੀਸ਼ਨ ਜੋ ਹੈ ਕਿ ਵੀ ਹਰਸਿਮਰਤ ਬਾਰੇ ਇਹ ਚਰਚੇ ਚੱਲ ਰਹੇ ਆ ਕਿ ਵੀ ਉਹ ਹੋ ਸਕਦਾ ਕਿ ਫਿਰੋਜ਼ਪੁਰ ਚੋਣ ਲੜਨ, ਉਹ ਆਪਣਾ ਬਠਿੰਡਾ ਇਲਾਕਾ ਬਦਲੀ ਕਰਨ, ਇਸੇ ਕਰਕੇ ਹੀ ਜੋ ਹੈ ਦੋ ਤਿੰਨ ਗੱਲਾਂ ਤੇ ਹੋਰ ਵਿਚਾਰ ਕਰਨ ਵਾਲੀ ਗੱਲ ਹੈ ਕਿ ਇਸ ਵਾਰ ਹਰਸਿਮਰਤ ਕੌਰ ਜੇਕਰ ਜਗ੍ਹਾ ਬਦਲਦੀ ਹੈ ਤਾਂ ਸੁਖਪਾਲ ਖਹਿਰਾ ਵੀ ਆਪਣਾ ਬਠਿੰਡਾ ਛੱਡ ਕੇ ਬਠਿੰਡੇ ਤੋਂ ਜੋ ਉਹਨਾਂ ਨੇ ਚੋਣ ਲੜਨ ਦਾ ਐਲਾਨ ਕੀਤਾ ਤੇ ਉਹ ਫਿਰੋਜ਼ਪੁਰ ਤੋਂ ਚੋਣ ਲੜਨ ਜਾ ਸਕਦੇ ਹਨ। ਇਸੇ ਕਰਕੇ ਜੋ ਅੱਜ ਦੀ ਜੋ ਕੱਲ੍ਹ ਜੋ ਉਹਨਾਂ ਨੇ 12 ਸੀਟਾਂ ਤੇ ਸਹਿਮਤੀ ਕੀਤੀ ਹੈ ਪੰਜਾਬ ਜਮਹੂਰੀ ਗੱਠਜੋੜ ਦੇ ਉਹਦੇ ਬਾਰੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 7 ਉਮੀਦਵਾਰਾਂ ਬਾਰੇ ਉਹਨਾਂ ਨੇ ਫੈਸਲਾ ਕਰ ਲਿਆ। CPI ਦੇ RPA ਵੀ PDA ਦੇ PDA ਵਿੱਚ ਸ਼ਾਮਿਲ ਹੋ ਚੁੱਕੇ ਹਨ ਤੇ ਆਪਣੇ ਜੋ ਧਰਮਵੀਰ ਗਾਂਧੀ ਹੈ ਜੋ ਪਟਿਆਲਾ ਤੋਂ ਉਹ ਚੋਣ ਉੱਤੋਂ ਲੜਨਗੇ। ਪੰਜਾਬ ਜਮਹੂਰੀ ਗੱਠਜੋੜ ਵਿੱਚ 13 ਤੋਂ 12 ਸੀਟਾਂ ਤੇ ਉਹਨੇ ਇਸ ਵਾਰ ਸਹਿਮਤੀ ਬਣਾਈ ਹੈ, ਉਹਦੇ ਵਿੱਚ ਦੋ ਖੱਬੀਆਂ ਧਿਰਾਂ CPI ਤੇ CPRPA ਵਿੱਚ ਸ਼ਾਮਿਲ ਹੋਣ ਨਾਲ ਵੀ ਜੋ ਹੈ ਇਸ ਗੱਠਜੋੜ ਵੱਲ ਲੋਕਾਂ ਦੀ ਖਾਸ ਤੌਰ ਤੇ ਨਜ਼ਰ ਰਹੇਗੀ ਕਿਉਂਕਿ ਇਹਦੇ 'ਚ ਕੁੱਲ 6 ਧਿਰਾਂ ਸ਼ਾਮਿਲ ਹੋਈਆਂ ਹਨ। ਤੇ ਇਹਦਾ ਬੈਨੀਫਿਟ ਕਿਹਨੂੰ ਪਹੁੰਚੇਗਾ ਔਰ ਇਹਦਾ ਨੁਕਸਾਨ ਕਿਹਨੂੰ ਪਹੁੰਚੇਗਾ ਜੇਕਰ ਅਸੀਂ ਪੰਜਾਬ ਡੈਮੋਕ੍ਰੈਟਿਕ ਅਲਾਈਅੰਸ ਦੀ ਗੱਲ ਕਰਦੇ ਹਾਂ? ਇਹਦਾ ਜੋ ਹੈ ਨੁਕਸਾਨ, ਹੈਲੋ
ਜੀ 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 ਦਿਓਲ ਸਾਹਿਬ, ਇਹਦਾ ਜੋ ਨੁਕਸਾਨ ਹੈ ਉਹ ਆਮ ਆਦਮੀ ਪਾਰਟੀ ਨੂੰ ਤਾਂ ਸਿੱਧਾ ਸਿੱਧਾ ਹੈ ਹੀ ਹੈ, ਠੀਕ ਹੈ, ਤੇ ਇਹਦੇ ਨਾਲ ਇਹ ਹੋ ਸਕਦਾ ਕਿ ਇਹਦਾ ਲਾਭ ਕਿਹਨੂੰ, ਕਾਂਗਰਸ ਨੂੰ ਹੋਏਗਾ ਜਾਂ ਬਹੁਜਨ ਸਮਾਜ ਪਾਰਟੀ ਜਾਂ ਅਕਾਲੀਆਂ ਨੂੰ ਹੋਏਗਾ, ਇਹ ਦੇਖਣ ਦੇ ਜਦੋਂ ਚੋਣ ਪ੍ਰਚਾਰ ਪੱਕੇਗਾ, ਜਦੋਂ ਮੁੱਦੇ ਉੱਭਰਨਗੇ, ਜੇ ਲੋਕਾਂ ਦਾ ਭਾਵਨਾਵਾਂ ਦਾ ਜਾਂ ਲੋਕਾਂ ਦਾ ਰੁਝਾਨ ਨਜ਼ਰ ਆਏਗਾ, ਉਦੋਂ ਇਸ ਗੱਲ ਤੇ ਕਾਫੀ ਹੱਦ ਤੱਕ ਸਥਿਤੀ ਸਪਸ਼ਟ ਹੋ ਜਾਏਗੀ। ਤੇ ਇਹ ਦੱਸਣਾ ਚਾਹਾਂਗਾ ਕਿ ਵੀ ਬਹੁਜਨ ਸਮਾਜ ਪਾਰਟੀ ਨੂੰ ਤਿੰਨ ਹਲਕਿਆਂ ਤੋਂ ਦਿੱਤਾ ਗਿਆ ਹੈ ਉਹਨਾਂ ਨੂੰ ਟਿਕਟਾਂ ਦੇਣ ਲਈ, ਉਹਨਾਂ ਦੇ ਨਾਂ ਸੀਟਾਂ ਲਾ ਦਿੱਤੀਆਂ ਗਈਆਂ ਆਨੰਦਪੁਰ ਸਾਹਿਬ, ਜਲੰਧਰ ਤੇ ਹੁਸ਼ਿਆਰਪੁਰ। ਠੀਕ ਹੈ, ਪੰਜਾਬ ਏਕਤਾ ਪਾਰਟੀ ਜਿਹੜੀ ਜੋ ਹੈ ਉਹ ਵੀ ਬਠਿੰਡਾ, ਫਰੀਦਕੋਟ ਤੇ ਖਡੂਰ ਸਾਹਿਬ ਤੋਂ ਆਪਣੀ ਪਾਰਟੀ ਖੜੇ ਆਪਣੇ ਉਮੀਦਵਾਰ ਖੜੀ ਕਰੇਗੀ, ਤੇ ਬੈਂਸ ਭਰਾਵਾਂ ਦੀ ਜਿਹੜੀ ਲੋਕ ਇਨਸਾਫ਼ ਪਾਰਟੀ ਹੈ ਉਹਨੂੰ ਵੀ ਤਿੰਨ ਹਲਕੇ ਦਿੱਤੇ ਗਏ, ਲੁਧਿਆਣਾ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ। ਠੀਕ ਹੈ, ਧਰਮਵੀਰ ਗਾਂਧੀ ਨੇ ਪੰਜਾਬ ਮੰਚ ਦਾ ਨਾਂ ਦੀ ਪਾਰਟੀ ਬਣਾਈ ਹੈ, ਉਹਦੇ ਚ ਪਟਿਆਲਾ ਦੀ ਸੀਟ ਉਹਨਾਂ ਨੂੰ ਮਿਲੀ ਹੈ, ਉੱਥੋਂ ਧਰਮਵੀਰ ਗਾਂਧੀ ਹੀ ਉਮੀਦਵਾਰ ਹੋਣਗੇ ਜੋ ਕਿ ਆਮ ਆਦਮੀ ਪਾਰਟੀ ਤੋਂ ਪਿਛਲੇ 2014 ਵਿੱਚ ਜਿੱਤੇ ਸਨ ਜੀ। ਤੇ CPI ਨੂੰ ਫਿਰੋਜ਼ਪੁਰ ਦਿੱਤੀ ਗਈ ਹੈ ਸੀਟ, ਤੇ RCPI ਨੂੰ ਜੋ ਹੈ ਗੁਰਦਾਸਪੁਰ ਸੀਟ ਅਲੱਗ ਕੀਤੀ, ਉਹ ਉਹਨਾਂ ਦੇ ਖਾਤੇ 'ਚ ਪਈ ਹੈ। ਠੀਕ ਹੈ, ਤੇ ਇਹ ਜਿਹੜਾ ਹੈ ਪੰਜਾਬ ਏਕਤਾ ਪਾਰਟੀ ਜਿਹੜੀ ਅਲੱਗ ਤੋਂ ਸੁਖਪਾਲ ਖਹਿਰਾ ਨੇ ਬਣਾਈ ਹੈ, ਉਹਦੇ ਜਿਹੜਾ ਐਡਹਾਕ ਪ੍ਰਧਾਨ ਆ ਜੀ, ਤੇ ਔਰ ਇਹਨਾਂ ਵਿੱਚ ਸਿਮਰਜੀਤ ਸਿੰਘ ਬੈਂਸ ਵੀ ਹੈ ਲੋਕ ਇਨਸਾਫ਼ ਪਾਰਟੀ ਵਾਲੇ, ਔਰ ਬਹੁਜਨ ਸਮਾਜ ਪਾਰਟੀ ਤੋਂ ਰਛਪਾਲ ਸਿੰਘ ਰਾਜੂ ਹੈ। ਠੀਕ ਹੈ, ਪੰਜਾਬ ਮੰਚ ਦੇ ਪ੍ਰਧਾਨ ਧਰਮਵੀਰ ਗਾਂਧੀ ਜੋ ਹੈ CPI ਤੋਂ, ਬੰਤ ਬਰਾੜ ਤੇ RCPI ਤੋਂ ਮੰਗਤ ਰਾਮ ਪਾਸਲਾ ਨੇ, ਇਹਨਾਂ ਨੇ ਬੈਠ ਕੇ ਕੱਲ ਜੋ ਫੈਸਲਾ ਕੀਤਾ ਉਹਦੇ ਚ 7 ਉਮੀਦਵਾਰਾਂ ਦਾ ਐਲਾਨ ਹੀ ਕਰ ਦਿੱਤਾ ਗਿਆ। ਠੀਕ ਹੈ, ਉਹਦੇ ਵਿੱਚ ਧਰਮਵੀਰ ਗਾਂਧੀ ਪਟਿਆਲਾ ਤੋਂ ਹੈ, ਠੀਕ ਹੈ ਜੀ, ਬਸਪਾ ਤੋਂ ਹੈ ਬਿਕਰਮਜੀਤ ਸਿੰਘ ਸੋਢੀ ਆਨੰਦਪੁਰ ਸਾਹਿਬ ਤੋਂ, ਤੇ IAS ਜਿਹੜਾ ਸਾਬਕਾ IAS ਅਧਿਕਾਰੀ ਹੈਗਾ ਚੌਧਰੀ ਖੁਸ਼ੀ ਰਾਮ ਨੂੰ ਹੁਸ਼ਿਆਰਪੁਰ ਆਖਵਾਂ ਹਲਕਾ ਦਿੱਤਾ ਗਿਆ। ਬਲਵਿੰਦਰ ਸਿੰਘ ਜਲੰਧਰ ਜਿਹੜਾ ਹੈ ਉਹ ਵੀ ਉਹਨਾਂ ਨੂੰ, ਬਲਵਿੰਦਰ ਸਿੰਘ ਨੂੰ ਵੀ ਜਲੰਧਰ ਤੋਂ ਰਾਖਵਾਂ ਹਲਕਾ ਦਿੱਤਾ ਗਿਆ ਜੀ। ਲੋਕ ਇਨਸਾਫ਼ ਪਾਰਟੀ ਵੱਲੋਂ ਮਨਵਿੰਦਰ ਸਿੰਘ ਜਸਪੁਰਾ ਨੂੰ ਵੀ ਫਤਿਹਗੜ੍ਹ ਸਾਹਿਬ ਦਿੱਤਾ ਗਿਆ, ਜਿੱਥੇ ਇਸ ਵਾਰ ਗਹਿਗਾ ਚ ਮੁਕਾਬਲਾ ਹੋਣ ਦੇ ਉਮੀਦ ਹੈ। ਪੰਜਾਬ ਏਕਤਾ ਪਾਰਟੀ ਵੱਲੋਂ ਜੋ ਹੈ ਉਹਨਾਂ ਚ ਬੀਬੀ ਪਰਮਜੀਤ ਕੌਰ ਖਡੂਰ ਸਾਹਿਬ ਤੇ ਆਪ ਦਾ ਜਿਹੜਾ ਐਕਸ ਆਪ ਤੋਂ ਅਸਤੀਫ਼ਾ ਦਿੱਤਾ ਵਿਧਾਇਕ ਬਲਦੇਵ ਸਿੰਘ ਨੂੰ ਫਰੀਦਕੋਟ ਦਿੱਤਾ ਗਿਆ। ਧਰਮਵੀਰ ਗਾਂਧੀ ਜੋ ਹੈ ਉਹਨਾਂ ਨੇ ਨਵਾਂ ਪੰਜਾਬੀ ਪਾਰਟੀ ਜੋ ਬਣਾਈ ਹੈ ਉਹਨਾਂ ਨੂੰ ਸਿਰਫ ਇੱਕ ਸੀਟ ਹੀ ਮਿਲੀ ਹੈ। ਦਿਓਲ ਸਾਹਿਬ, ਫਿਰੋਜ਼ਪੁਰ ਹਮੇਸ਼ਾ ਇੱਕ ਹੌਟ ਸੀਟ ਰਹੀ ਹੈ, ਸ਼ੇਰ ਸਿੰਘ ਘੁਬਾਇਆ ਸ਼੍ਰੋਮਣੀ ਅਕਾਲੀ ਦਲ ਤੋਂ ਉੱਥੋਂ 2009 ਦੇ ਵਿੱਚ ਵੀ ਜਿੱਤ ਕੇ ਸਾਹਮਣੇ ਆਏ ਔਰ 2014 ਦੇ ਵਿੱਚ ਵੀ ਜਿੱਤੇ, ਦੋ ਵਾਰੀ ਉਹ ਉੱਥੋਂ ਦੀ MP ਬਣੇ, ਲੇਕਿਨ ਹੁਣ ਉਹ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰ ਚੁੱਕੇ ਹਨ। ਕਾਂਗਰਸ ਪਾਰਟੀ ਨੇ ਇਹ ਵੀ ਐਲਾਨ ਕੀਤਾ ਕਿ ਉਹਨਾਂ ਨੂੰ ਟਿਕਟ ਜਿਹੜੀ ਹੈ ਦਿੱਤੀ ਜਾਵੇਗੀ। ਫਿਰੋਜ਼ਪੁਰ ਤੋਂ ਬਣਾ ਰਹੀ ਹੈ, ਉੱਥੋਂ ਸ਼ੇਰ ਸਿੰਘ ਘੁਬਾਇਆ ਹੋਣਗੇ ਜਿਹੜੇ ਆਲਰੇਡੀ ਸ਼੍ਰੋਮਣੀ ਅਕਾਲੀ ਦਲ ਦੇ ਪਹਿਲਾਂ MP ਸੀਗੇ, ਕਿਉਂਕਿ ਰਾਏ ਸਿੱਖ ਵੋਟਾਂ ਉਸ ਏਰੀਏ ਦੇ ਵਿੱਚ ਅਸੀਂ ਵੇਖੀਏ ਕਾਫੀ ਸਾਰੀਆਂ ਹੈਗੀਆਂ। ਤੇ ਕਿੰਨੀ ਵੱਡੀ ਗੇਮ ਚੇਂਜਰ ਹੋ ਸਕਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲਈ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਸੀਟ ਤੋਂ? ਹਾਂ ਬਿਲਕੁਲ, ਜੇਕਰ ਫਿਰੋਜ਼ਪੁਰ ਸੀਟ 'ਤੇ ਜਾਂਦੇ ਤਾਂ ਉੱਥੇ ਮੁਕਾਬਲਾ ਬੜਾ ਸਖ਼ਤ ਹੋਏਗਾ, ਕਿਉਂਕਿ ਸੁਖਪਾਲ ਸਿੰਘ ਖਹਿਰਾ ਦਾ ਵੀ ਉਹਨਾਂ ਨੇ ਐਲਾਨ ਕੀਤਾ ਕਿ ਉਹ ਬੀਬੀ ਹਰਸਿਮਰਤ ਕੌਰ ਬਾਦਲ ਦੇ ਖਿਲਾਫ਼ ਚੋਣ ਲੜਨਗੇ। ਪਰ ਇਹ ਹੈ ਕਿ ਇਹਦੇ ਨਾਲ ਜੋ ਹੈ ਅਗਰ ਸੁਖਪਾਲ ਖਹਿਰਾ ਉੱਥੇ ਜਾਂਦੇ ਹਨ ਤਾਂ ਜਿਹੜੇ ਸ਼ਤਾਬਦੀ ਵਿਰੋਧੀ ਜਿਹੜੇ ਵੋਟ ਹੈ ਉਹ ਕੱਟੇ ਜਾਣ ਦਾ ਚਾਂਸ ਬਣ ਜਾਂਦੇ ਆ, ਇਸ ਕਰਕੇ ਜੋ ਹੈ ਹਰਸਿਮਰਤ ਕੌਰ ਬਾਦਲ ਨੂੰ ਇਹਦਾ ਫਾਇਦਾ ਵੀ ਹੋ ਸਕਦਾ ਹੈ। ਪਰ ਸ਼ੇਰ ਸਿੰਘ ਘੁਬਾਇਆ ਕਿਉਂਕਿ ਜੋ ਹੈ ਰਾਏ ਸਿੱਖ ਬਰਾਦਰੀ ਦੇ ਵੱਡੇ ਲੀਡਰ ਹੋਣਗੇ, ਬਣਗੇ, ਉੱਭਰੇ ਆ, ਤੇ ਉਹਨਾਂ ਦਾ ਪੁੱਤਰ ਵੀ ਜੋ ਹੈ ਉਹ ਫਾਜ਼ਿਲਕਾ ਤੋਂ MLA ਆ, ਇਸ ਕਰਕੇ ਉਹ ਕਾਂਗਰਸ ਦੀ ਟਿਕਟ ਜਿੱਤਿਆ ਸੀਗਾ। ਤੋ ਉਹਨਾਂ ਦੇ CD ਕਾਂਡ ਤੋਂ ਆਉਣ ਤੋਂ ਬਾਅਦ ਜੋ ਉਹਨਾਂ ਨੇ ਪਾਰਟੀ ਨਾਲ ਉਹਨਾਂ ਦੇ ਮਤਭੇਦ ਚੱਲੇ ਜਾਂ ਉਹਨਾਂ ਨੂੰ 2 ਤੋਂ ਨੁੱਕਰੇ ਲਾਇਆ ਗਿਆ, ਉਹਦਾ ਜੋ ਹੈ ਇਸੇ ਦੇ ਮੱਦੇਨਜ਼ਰ ਉਹਨਾਂ ਨੇ ਕਾਂਗਰਸ ਜੁਆਇਨ ਕੀਤੀ ਸੀ, ਔਰ ਇਸ ਦੇ ਨਾਲ ਗੇਮ ਚੇਂਜਿੰਗ ਹੋਣ ਦੇ ਆਸਾਰ ਬਣਦੇ ਆ, ਕਿਉਂਕਿ ਸ਼ੇਰ ਸਿੰਘ ਘੁਬਾਇਆ ਨੂੰ ਜੋ ਹੈ ਕਾਂਗਰਸ ਪਾਰਟੀ, ਕਿਉਂਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਕਾਫੀ ਇਸ ਤੋਂ ਸੱਤਾਧਾਰੀ ਹੋਣ ਕਰਕੇ ਜੀ, ਅੰਮ੍ਰਿਤਸਰ ਤੋਂ ਦੇਖੋ ਜੀ, ਡਾਕਟਰ ਮਨਮੋਹਨ ਸਿੰਘ ਨੇ ਤਾਂ ਮਨਾ ਕਰ ਦਿੱਤਾ ਆਪਣੀ ਉਮਰ ਦਰਾਜ ਹੋਣ ਦੇ ਕਰਕੇ, ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਦਿੱਤਾ। ਠੀਕ ਹੈ, ਤੇ ਡਾਕਟਰ ਮਨਮੋਹਨ ਸਿੰਘ ਹੋਰ ਬਾਹਰ ਹੋ ਚੁੱਕੇ ਨੇ, ਹੁਣ ਰਹਿ ਗਈ ਨਵਜੋਤ ਕੌਰ ਸਿੱਧੂ। ਹਾਂ, ਨਵਜੋਤ ਕੌਰ ਸਿੱਧੂ ਨੂੰ ਵੀ ਉਮੀਦ ਹੋ ਸਕਦੀ ਹੈ, ਪਰ ਇਹ ਵੀ ਖਬਰ ਆਉਂਦੀ ਹੈ ਕਿ ਨਵਜੋਤ ਕੌਰ ਸਿੱਧੂ ਨੂੰ ਚੰਡੀਗੜ੍ਹ ਤੋਂ ਲੜਾਇਆ ਜਾ ਸਕਦਾ। ਹਾਂਜੀ, ਉਹਨਾਂ ਨੇ ਚੰਡੀਗੜ੍ਹ ਤੋਂ
ਆਪ ਹੀ ਲੜਨ ਦੀ ਇੱਛਾ ਜ਼ਾਹਰ ਕੀਤੀ ਸੀ ਤੇ ਇਸ ਕਰਕੇ ਜੋ ਹੈ ਹੁਣ ਅਗਰ ਡਾਕਟਰ ਮਨਮੋਹਨ ਸਿੰਘ ਵੱਲੋਂ ਮਨਾ ਕਰਨ ਦੇ ਬਾਵਜੂਦ ਜੋ ਹੈ ਇੱਕ ਤਾਂ ਗੁਰਜੀਤ ਸਿੰਘ ਔਜਲਾ ਦਾ ਨਾਮ ਵੀ ਆ ਜਾ ਸਕਦਾ ਹੈ ਕਿਉਂਕਿ ਜਿਹੜੇ ਆਲਰੇਡੀ ਉੱਥੋਂ ਦੀ ਐਮਪੀ ਸੀਗੇ ਤੇ ਉਹ ਮੁੜ ਤੋਂ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਸਨੀ ਦਿਓਲ ਨੂੰ ਮਨਾਉਣ ਦੀ ਬੀਜੇਪੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਖਬਰ ਠੀਕ ਹੈ ਕਿ ਸਿਰਫ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਇਹ ਅਫਵਾਹਾਂ ਦਾ ਬਾਜ਼ਾਰ ਗਰਮ ਹੈ ਕਿਉਂਕਿ ਜੋ ਹੈ ਧਰਮਿੰਦਰ ਜੋ ਹੈ ਭਾਜਪਾ ਨਾਲ ਜੁੜਿਆ ਰਿਹਾ ਹੈ ਔਰ ਹਿਮਾ ਮਾਲਿਨੀ ਜੋ ਹੈ ਉਹ ਆਗਰਾ ਤੋਂ ਲੋਕ ਸਭਾ ਮੈਂਬਰ ਹੈ ਔਰ ਧਰਮਿੰਦਰ ਜੀ ਦਾ ਪਰਿਵਾਰ ਜੋ ਹੈ ਪ੍ਰੋ ਭਾਜਪਾ ਰਿਹਾ ਹੈ ਸ਼ੁਰੂ ਤੋਂ ਹੀ ਤਾਂ ਹੋ ਸਕਦਾ ਸਨੀ ਦਿਓਲ ਨੂੰ ਮਨਾਇਆ ਜਾਵੇ ਪਰ ਇਹ ਦੇਖਣਾ ਹੋਏਗਾ ਕਿ ਬਾਲੀਵੁੱਡ ਦਾ ਤੜਕਾ ਕਿੱਥੇ ਸਫਲ ਹੁੰਦਾ ਜਾਂ ਕਿ ਨਹੀਂ ਹੁੰਦਾ ਹੈ ਕਿਉਂਕਿ ਜੋ ਹੈ ਪੰਜਾਬ ਦੇ ਵਿੱਚ ਜੋ ਹੈ ਇਹਨਾਂ ਨੂੰ ਲੋਕ ਪਸੰਦ ਕਰਦੇ ਰਹੇ ਆ ਕਿਉਂਕਿ ਜਿਵੇਂ ਗੁਰਦਾਸਪੁਰ ਤੋਂ ਵਿਨੋਦ ਖੰਨਾ ਜਿੱਤ ਕੇ ਆਏ ਆ ਦੋਨਾਂ ਨੇ ਲਗਾਤਾਰ ਚੋਣਾਂ ਜਿੱਤੀਆਂ ਸੀ ਔਰ ਇਸ ਕਰਕੇ ਜੋ ਹੈ ਸਭ ਤੋਂ ਵੱਡੀ ਗੱਲ ਇੱਕ ਹੋਰ ਦੱਸਣਾ ਚਾਹਾਂਗਾ ਕਿ ਪੰਜਾਬ ਦੇ ਅੰਦਰ ਚੋਣਾਂ ਦਾ ਫੇਸ ਜਿਵੇਂ ਸੱਤ ਨੇ ਗੇਟ ਤੇ ਜਾ ਕੇ ਵੋਟਾਂ ਪੈਣੀਆਂ ਹਨ ਇਸ ਕਰਕੇ ਜੋ ਹੈ ਅਜੇ ਜੋ ਹੈ ਕਾਂਗਰਸ ਨੇ ਆਪਣੇ ਪੱਤੇ ਨਹੀਂ ਖੋਲੇ ਹਨ ਤੇ ਉਹ ਚੋਣਾਂ ਦਾ ਅਮਲ ਤੋਂ ਪਹਿਲਾਂ ਹੀ ਆਪਣੇ ਉਮੀਦਵਾਰਾਂ ਦਾ ਐਲਾਨ ਕਰੇਗੀ ਸੁਨੀਲ ਜਾਖੜ ਅਤੇ ਪ੍ਰਤਾਪ ਬਾਜਵਾ ਤੋਂ ਦੋਨਾਂ ਦੇ ਵਿੱਚੋਂ ਕਿਹਨੂੰ ਟਿਕਟ ਮਿਲ ਸਕਦੀ ਹੈ ਜਾਂ ਫਿਰ ਦੋਨੋਂ ਨੂੰ ਮਿਲੇਗੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਫ਼ ਦੱਸ ਦਿੱਤਾ ਸੀ ਵੀ ਗੁਰਦਾਸਪੁਰ ਤੋਂ ਹੋਰ ਕੋਈ ਨਾ ਝਾਕੇ ਉਹਨਾਂ ਨੇ ਪਾਰਟੀ ਦੇ ਨਾਲ ਉਹਨਾਂ ਨੇ ਸਿੱਧੀ ਸਪਸ਼ਟ ਦੱਸ ਦਿੱਤਾ ਸੀ ਵੀ ਉੱਥੋਂ ਸੁਨੀਲ ਜਾਖੜ ਹੀ ਜਿੱਤਣ ਖੜੇ ਹੋਣ ਦੇ ਪੱਕੇ ਪੱਕੇ ਸਾਰ ਹਨ ਉੱਥੋਂ ਗੱਲ ਕਲੀਅਰ ਹੋ ਚੁੱਕੀ ਹਾਲਾਂਕਿ ਪ੍ਰਤਾਪ ਸਿੰਘ ਬਾਜਵਾ ਸ਼ਾਮੀ ਕੱਲ੍ਹ ਪਟਿਆ ਕਪੂਰਥਲਾ ਹਾਊਸ ਵਿੱਚ ਕੈਪਟਨ ਨੂੰ ਮਿਲੇ ਸਨ ਤੇ ਹੋਰ ਕੋਰ ਕਮੇਟੀ ਜੋ ਹੈ ਉੱਥੋਂ ਦੇ ਆਸ਼ਾ ਕੁਮਾਰੀ ਜੋ ਹੈ ਇੰਚਾਰਜ ਪੰਜਾਬ ਦੀ ਉਹਨਾਂ ਨੂੰ ਵੀ ਮਿਲੇ ਪ੍ਰਤਾਪ ਬਾਜਵਾ ਦੀ ਕੈਪਟਨ ਅਮਰਿੰਦਰ ਸਿੰਘ ਦੀ ਨਾਰਾਜ਼ਗੀ ਦੂਰ ਹੋ ਗਈ ਕਿ ਅਜੇ ਵੀ ਨਾਰਾਜ਼ਗੀ ਹੈਗੀ ਹੈ ਕਿਸੇ ਗੱਲ ਨੂੰ ਲੈ ਕੇ ਨਾਰਾਜ਼ਗੀ ਚੱਲਦੀ ਰਹਿੰਦੀ ਹੈ ਪਰ ਕਿਉਂਕਿ ਵੱਡੇ ਕਾਂਗਰਸ ਤੇ ਦੇਖਿਆ ਜਾਵੇ ਤਾਂ ਜੋ ਰਾਹੁਲ ਗਾਂਧੀ ਨੇ ਜੋ ਫੈਸਲਾ ਕਰਨਾ ਹੈ ਉਹ ਤਾਂ ਇਹਨਾਂ ਨੂੰ ਹਰ ਇੱਕ ਨੂੰ ਮੰਨਣਾ ਹੀ ਪੈਣਾ ਠੀਕ ਹੈ ਤੇ ਕੈਪਟਨ ਅਮਰਿੰਦਰ ਸਿੰਘ ਜੋ ਹੈ ਇਸ ਟਾਈਮ ਰਾਹੁਲ ਗਾਂਧੀ ਤੋਂ ਬਾਹਰ ਨਹੀਂ ਜਾ ਸਕਦੇ ਔਰ ਪ੍ਰਤਾਪ ਸਿੰਘ ਬਾਜਵਾ ਨੇ ਤਾਂ ਸਪਸ਼ਟ ਕਰ ਦਿੱਤਾ ਹੈ ਕਿ ਵੀ ਉਹ ਜੋ ਹੈ ਜਿਵੇਂ ਰਾਹੁਲ ਗਾਂਧੀ ਕਹਿਣਗੇ ਉਸ ਤਰ੍ਹਾਂ ਹੀ ਹੋਏਗਾ ਹਾਲਾਂਕਿ ਉਸ ਚਿੱਟੂ ਨਾਰਾਜ਼ਗੀ ਉਹਨਾਂ ਦੀ ਹੈ ਪਰ ਉਹ ਇਹ ਕਿਉਂਕਿ ਉਹਨਾਂ ਕੋਲ ਰਾਜ ਸਭਾ ਆਲਰੇਡੀ ਹੈਗੀ ਹੈ ਠੀਕ ਹੈ ਤੇ ਇਸ ਕਰਕੇ ਜੋ ਹੈ ਉਹਨਾਂ ਨੂੰ ਪੰਜਾਬ ਤੋਂ ਗੁਰਦਾਸਪੁਰ ਤੋਂ ਸ਼ਾਇਦ ਟਿਕਟ ਨਾ ਮਿਲਣ ਦੇ ਆਸਾਰ ਘੱਟ ਹੀ ਹਨ ਉਹਦੀ ਵਜ੍ਹਾ ਇਹ ਹੈ ਕਿ ਪੰਜਾਬ ਚ ਚੋਣ ਅਮਲ ਚ ਦੇਰੀ ਹੈ ਇਸੇ ਕਰਕੇ ਜੋ ਹੈ ਪੰਜਾਬ ਦੇ ਕਾਂਗਰਸ ਦੀਆਂ ਟਿਕਟਾਂ ਜਿਹੜੀਆਂ ਉਹ ਉਹਨਾਂ ਦੇ ਸਿਲੈਕਸ਼ਨ ਕਰਨ ਤੇ ਉਹਨਾਂ ਦੇ ਐਲਾਨ ਕਰਨ ਚ ਵੀ ਤਕਰੀਬਨ 2 ਮਹੀਨੇ ਦੀ ਦੇਰੀ ਹੋ ਜਾਏਗੀ ਚਲੋ ਬਹੁਤ ਬਹੁਤ ਧੰਨਵਾਦ ਦਿਓਲ ਸਾਹਿਬ ਚਾਨਣਾ ਪਾਉਣ ਦੇ ਉੱਤੇ ਔਰ ਤੁਸੀਂ ਵੱਖ ਵੱਖ ਜਿਹੜੀ ਮੇਜਰ ਸਿਟੀਜ਼ ਹਨ ਜਿੱਥੇ ਹੌਟ ਸੀਟ ਜਿਹਨੂੰ ਮਨਾ ਜਾ ਰਿਹਾ ਉਹਨਾਂ ਦੇ ਉੱਤੇ ਤੁਸੀਂ ਚਾਨਣਾ ਪਾਇਆ ਜੀ 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 ਮੈਨੂੰ ਇੱਥੇ ਸਮਾਂ ਸਿਰਫ ਇੱਕ ਨਿੱਕੇ ਜਿਹੇ ਵਕਫੇ ਲਈ ਰੋਕ ਰਿਹਾ ਔਰ ਜਦੋਂ ਮੈਂ ਵਕਫੇ ਤੋਂ ਬਾਅਦ ਆਵਾਂਗਾ ਮੈਂ ਜ਼ਰੂਰ ਹੁਣ ਤੁਹਾਨੂੰ ਸੁਣਨਾ ਚਾਹੁੰਦਾ ਔਰ ਤੁਹਾਡੇ ਵਿਚਾਰ ਆਪਣੇ ਨਾਲ ਮੈਂ ਰੱਖਣਾ ਚਾਹੁੰਦਾ ਕਿ ਤੁਸੀਂ ਕੀ ਇਸ ਮੰਚ ਦੇ ਉੱਤੇ ਰੱਖਣਾ ਚਾਹੁੰਦੇ ਹੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ ਵਿਚਾਰ ਵਟਾਂਦਰਾ ਚੱਲ ਰਿਹਾ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਵਿੱਚ 13 ਸੀਟਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਜਾਂ ਫਿਰ ਪੰਜਾਬ ਡੈਮੋਕਰੇਟਿਕ ਅਲਾਈਂਸ ਪਹਿਲਾਂ ਹੀ ਆਪਣੇ ਉਮੀਦਵਾਰ ਪੰਜਾਬ ਡੈਮੋਕਰੇਟਿਕ ਅਲਾਈਂਸ ਜਿਹੜੀ ਹੈਗੀ ਉਹ ਘੋਸ਼ਿਤ ਕਰ ਚੁੱਕੀ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਜਿੱਥੋਂ ਆਪਣੀ ਹਿਮਾਇਤ ਕਰਦੀ ਹੈ ਉਹ ਕਿਹਨੂੰ ਮੈਦਾਨ ਦੇ ਵਿੱਚ ਉਤਾਰੇਗੀ ਹੁਣ ਵੱਡੀ ਗੱਲ ਬਣੀ ਹੋਈ ਹੈ ਆਮ ਆਦਮੀ ਪਾਰਟੀ ਨੂੰ ਲੈ ਕੇ ਝਾੜੂ ਪਹਿਲਾਂ ਹੀ ਤੀਲਾ ਤੀਲਾ ਹੋ ਚੁੱਕਿਆ ਹੁਣ ਇਸ ਤੀਲੇ ਤੀਲੇ ਝਾੜੂ ਦੇ ਵਿੱਚ ਕਿਹੜੇ ਕੈਂਡੀਡੇਟ ਨਿਕਲ ਕੇ ਸਾਹਮਣੇ ਆਉਂਦੇ ਹਨ ਆਮ ਆਦਮੀ ਪਾਰਟੀ ਦੇ ਇਹ ਵੀ ਇੱਕ ਵੱਡਾ ਸਵਾਲ ਬਣਿਆ ਹੋਇਆ ਅਸੀਂ ਕੋਸ਼ਿਸ਼ ਕੀਤੀ ਸੀ ਕਿ ਸੁਖਪਾਲ ਖਹਿਰਾ ਹੋਰਾਂ ਨੂੰ ਫੋਨ 'ਤੇ ਲੈਣ 'ਤੇ ਲੇਕਿਨ ਉਹਨਾਂ ਦਾ ਕੋਈ ਰੁਝੇਵਾ ਸੀਗਾ ਜਿਸ ਕਰਕੇ ਉਹ ਫੋਨ 'ਤੇ ਨਹੀਂ ਆ ਪਾਏ ਲੇਕਿਨ ਮੈਂ ਹੁਣ ਚਾਹੁੰਦਾ ਕਿ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ ਔਰ ਤੁਸੀਂ ਕਿਹੜੀ ਜਗ੍ਹਾ ਤੋਂ ਸੰਬੰਧ ਰੱਖਦੇ ਹੋ ਔਰ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਉਸ ਪਾਰਲੀਮੈਂਟਰੀ ਸੀਟ ਤੋਂ ਕਿਹੜਾ ਉਮੀਦਵਾਰ ਹੋਣਾ ਚਾਹੀਦਾ ਔਰ ਕਿਉਂ ਹੋਣਾ ਚਾਹੀਦਾ ਤੁਸੀਂ ਮੈਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਦੱਸ ਸਕਦੇ ਹੋ ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com harkirat@justbroadcasting.com ਦੇ ਉੱਤੇ ਅਤੇ ਲੈਂਦੇ ਹਾਂ ਜੀ ਅਸੀਂ ਆਪਣੇ ਕਾਲਰਸ ਦੀ ਕਾਲ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ ਏਅਰ ਹੋ ਕੌਣ ਬੋਲ ਰਹੇ ਹੋ ਕਿੱਥੋਂ ਬੋਲ ਰਹੇ ਹੋ ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਲੀਆ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਬਹੁਤ ਦਿਨਾਂ ਪਿੱਛੋਂ ਮੈਂ ਮੇਰਾ ਖਿਆਲ 20-25 ਦਿਨਾਂ ਪਿੱਛੋਂ ਅੱਜ ਔਨਲਾਈਨ ਹੋਇਆ ਔਨ ਏਅਰ ਜੀ ਪਹਿਲੀ ਗੱਲ ਤਾਂ ਬੇਨਤੀ ਇਹ ਹੈ
जी कि तुहाडी बहुत सोहनी पर्सनैलिटी है और बहुत सोहनी पगड़ी भी बांधदे हो टाई भी बांधदे हो जी, लेकिन सानू जेड़ी मुद्दा प्रोग्राम दे उत्ते असी एक घंटा अपना टाइम लाउने आ जी, और स्पेशली लैंडलाइन अहीं फोन इसे करके रखे कि असी जस पंजाबी नाल जुड़दे आ जी जी, जी जी और मतलब जे हुण रियाड साहब ने नहीं आउणा। हेलो हेलो ਚਾਹਾਂਗਾ ਕਿ ਤੁਸੀਂ ਮੁੜ ਤੋਂ ਸਾਨੂੰ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ। ਓਕੇ, ਸਤਿ ਸ਼੍ਰੀ ਅਕਾਲ ਵਾਲੀ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅਸੀਂ ਇੰਡੀਅਨ ਆਪਣੇ ਸਰਜੀਤ ਬੋਲ ਰਹੇ ਹਾਂ ਜੀ। ਸਰ ਜੀ ਜੀ, ਸੁਰਜੀਤ ਸਿੰਘ ਜੀ, ਕੀ ਹਾਲ ਚਾਲ, ਠੀਕ ਹੋ ਤੁਸੀਂ? ਹਾਂਜੀ ਹਾਂਜੀ ਸਰ, ਠੀਕ ਹੈ। ਆਪ ਸੁਣਾਓ ਕਿ ਠੀਕ ਹੋ? ਜੀ ਜੀ ਜੀ, ਕੀ ਕਹਿਣਾ ਚਾਹੋਗੇ, ਕੀ ਲੱਗਦਾ ਤੁਹਾਨੂੰ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ? ਇਹ ਆਪਣੇ ਸਰ ਜੀ, ਆਪਣੇ ਜਿਹੜੀਆਂ ਵੀ ਲੋਕ ਚੋਣਾਂ ਹੋ ਰਹੀਆਂ, ਆਪਣੇ ਕਾਂਗਰਸ 11 ਸੀਟਾਂ ਤੇ ਜਿੱਤੇਗੀ ਜ਼ਰੂਰ ਜੀ। ਜਿਹੜੀਆਂ 2 ਸੀਟਾਂ ਨੇ ਜੀ ਉਹ ਜਿੱਤੇਗੀ, ਜਾਂ ਭਗਵੰਤ ਮਾਨ ਤੇ ਜਾਂ ਹਰਸਿਮਰਤ ਕੌਰ। ਤੇ ਤੁਹਾਨੂੰ ਕੀ ਲੱਗਦਾ ਕਿ ਹਰਸਿਮਰਤ ਕੌਰ ਬਾਦਲ ਇਸ ਵਾਰ ਕਿੱਥੋਂ ਚੋਣ ਲੜ ਸਕਦੇ ਹਨ? ਇਹ ਤੇ ਜੋ ਮਰਜ਼ੀ ਹੋ ਜਾਏ, ਪਰ ਉਹਨਾਂ ਨੇ ਤੇ ਅਕਾਲੀਆਂ ਨੇ ਜਿਤਾਣੀ ਜਿਤਾਣੀ ਉਹਨਾਂ ਨੇ ਜੀ, ਜੀ ਬੀਜੇਪੀ ਨੇ ਜੀ। ਤੇ ਭਗਵੰਤ ਮਾਨ ਦੇ ਵੀ ਚਾਂਸ ਹੈਗੇ ਨੇ, ਤੇ ਜਿਹੜੇ ਸੁਖਪਾਲ ਖਹਿਰਾ ਜਾਂ ਦੂਜੀਆਂ ਪਾਰਟੀਆਂ ਨੇ ਇਹਨਾਂ ਦੀ ਜ਼ਮਾਨਤ ਜ਼ਬਤ ਹੋਣੀ ਹੈ। ਸੁਖਪਾਲ ਖਹਿਰਾ ਕਹਿੰਦੇ ਕਿ ਮੈਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਜਿੱਥੋਂ ਵੀ ਉਹ ਲੜਨਗੇ ਉਹਨਾਂ ਦੇ ਮੈਂ ਕੰਟੈਸਟ ਉਹਨਾਂ ਨੂੰ ਕਰਾਂਗਾ। ਤੇ ਹੁਣ ਕਿਆਸ ਇਹ ਲਗਾਏ ਜਾ ਰਹੇ ਹਨ ਕਿ ਬਠਿੰਡਾ ਛੱਡ ਕੇ ਬੀਬੀ ਹਰਸਿਮਰਤ ਕੌਰ ਬਾਦਲ ਫਿਰੋਜ਼ਪੁਰ ਜਾ ਸਕਦੇ ਹਨ, ਉੱਥੋਂ ਦੀ ਹੀ ਸੁਖਪਾਲ ਖਹਿਰਾ ਆਪਣਾ ਜਿਹੜਾ ਪਰਚਾ ਉਹ ਭਰਨਗੇ। ਲੱਗਦਾ ਤੁਹਾਨੂੰ ਸੁਖਪਾਲ ਖਹਿਰਾ ਹਰਾ ਪਾਣਗੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ? ਸਰ ਜੀ, ਇਹ ਕਦੀ ਹੋ ਹੀ ਨਹੀਂ ਸਕਦਾ, ਉਹਦੀ ਜ਼ਮਾਨਤ ਜ਼ਬਤ ਹੋਏਗੀ। ਤੇ ਤੁਹਾਨੂੰ ਕਿਉਂ ਲੱਗਦਾ ਕਿ ਕਿਉਂ ਨਹੀਂ ਹੋ ਸਕਦਾ? ਇਹ ਮਤਲਬ ਕਿ ਸੁਖਪਾਲ ਖਹਿਰਾ ਹੈ ਤੇ ਬਹੁਤ ਵਧੀਆ ਨੇਤਾ ਨੇ, ਪਰ ਉਹ ਕਈ ਪਾਰਟੀਆਂ ਕਰ ਚੁੱਕੇ ਨੇ ਚੇਂਜ, ਤੇ ਉਹ ਪਲੱਸ ਦੀ ਸੀਟ ਨਹੀਂ ਜੀ ਕੱਢ ਸਕਦੇ ਆਪਣੇ MLA ਦੀ, ਉਹ ਦੂਜੀ ਦੀ ਕਿੱਥੋਂ ਕੱਢਣਗੇ? ਤੇ ਤੁਹਾਨੂੰ ਲੱਗਦਾ ਕਿ ਬੁਲਤ ਜਿੱਥੋਂ ਉਹ ਵਿਧਾਇਕ ਚੁਣ ਕੇ ਆਏ ਸੀਗੇ ਆਮ ਆਦਮੀ ਪਾਰਟੀ ਤੋਂ, ਹੁਣ ਉਹ ਉੱਥੋਂ ਵੀ ਸੀਟ ਨਹੀਂ ਕੱਢ ਸਕਦੇ ਜੇਕਰ ਉੱਥੋਂ ਦੀ ਉਹ ਚੋਣ ਲੜਨਗੇ? ਨਹੀਂ ਨਹੀਂ ਕੱਢ ਸਕਦੇ ਜੀ। ਐਵੇਂ ਤੁਹਾਨੂੰ ਕਿਉਂ ਲੱਗਦਾ? ਇਹ ਕਿਉਂਕਿ ਮੈਂ ਉੱਥੇ ਦੇ ਲਾਗੇ ਦੇ ਰਹਿਣ ਵਾਲਾ, ਸਾਰਿਆਂ ਨੂੰ ਪਤਾ NRI ਨੇ ਜਿਤਾਇਆ, ਠੀਕ ਹੈ, ਮੁੜ ਕੇ ਉੱਥੇ ਇਹਨੇ ਫੇਰੇ ਨਹੀਂ ਮਾਰਿਆ ਕਦੇ। ਠੀਕ ਹੈ ਠੀਕ ਹੈ ਠੀਕ ਹੈ, ਹਾਂਜੀ। ਤੇ ਜੀ ਜੀ, ਤੁਸੀਂ ਕੰਪਲੀਟ ਕਰ ਸਕਦੇ ਹੋ ਆਪਣੀ ਗੱਲ ਜੀ? ਹਾਂਜੀ ਹੈਲੋ ਜੀ ਜੀ, ਆਪਣੀ ਕੰਪਲੀਟ ਕਰ ਸਕਦੇ ਹੋ ਆਪਣੀ ਗੱਲ ਜੀ? ਹਾਂਜੀ, ਤੇ ਕਾਂਗਰਸ ਇਸ ਟਾਈਮ ਬਹੁਤ ਮਜ਼ਬੂਤੀ ਦੇ ਨਾਲ 11 ਸੀਟਾਂ ਇਹ ਜਿੱਤੇਗੀ, 2 ਸੀਟਾਂ ਜਿਹੜੀਆਂ ਇੱਕ ਚਾਂਸ ਹੈਗਾ ਆਮ ਪਾਰਟੀ ਦਾ ਜੇ ਉਹ ਜਿੱਤੇ ਭਗਵੰਤ ਮਾਨ, ਦੂਜੀ ਸੀਟ ਜਿਹੜੀ ਹਰਸਿਮਰਤ ਕੌਰ ਦੀ, ਹੋਰ ਕੋਈ ਸੀਟ ਨਹੀਂ ਜਿੱਤਣੀ ਕਿਸੇ ਨੇ, ਜ਼ਮਾਨਤ ਜ਼ਬਤ ਹੋਣੀ ਹੈ ਜੀ। ਠੀਕ ਹੈ ਠੀਕ ਹੈ ਜੀ, ਮਿਹਰਬਾਨੀ ਤੁਹਾਡੀ। ਤੇ ਸਾਡੇ ਨਾਲ ਜਿਹੜੇ ਵੱਖ ਵੱਖ ਕਾਲਰਸ ਜੁੜ ਰਹੇ ਹਨ, ਤੇ ਉਹਨਾਂ ਦਾ ਜਿਵੇਂ ਹੁਣ ਉਹਨਾਂ ਦਾ ਮੰਨਣਾ ਹੈਗਾ ਕਿ ਸੁਖਪਾਲ ਖਹਿਰਾ ਜਿਹੜੇ ਨੇ ਉਹ ਨਹੀਂ ਜਿੱਤ ਸਕਦੇ, ਜੇਕਰ ਤੁਹਾਨੂੰ ਵੀ ਅਜਿਹਾ ਲੱਗਦਾ ਕਿ ਸੁਖਪਾਲ ਖਹਿਰਾ ਜਿਹੜੇ ਨੇ ਉਹ ਨਹੀਂ ਜਿੱਤ ਸਕਦੇ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ, ਤਾਂ ਤੁਸੀਂ ਮੈਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ, ਨਹੀਂ ਤਾਂ ਤੁਸੀਂ ਮੈਨੂੰ ਮੇਲ ਵੀ ਕਰ ਸਕਦੇ ਹੋ hrkirat@jasbroadcasting.com info@jasbroadcasting.com ਦੇ ਉੱਤੇ। ਫਿਲਹਾਲ ਸਮਾਂ ਹੈਗਾ ਬ੍ਰੇਕ ਦਾ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਦੋਸਤੋ, ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਅੱਜ ਦਾ ਮੁੱਦਾ ਲੈ ਕੇ, ਅਤੇ ਵਿਚਾਰ ਅੱਜ ਹੋ ਰਿਹਾ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ, ਪੰਜਾਬ ਦੇ ਵਿੱਚ ਕਿਹੜੀ ਕਿਹੜੀ ਪਾਰਟੀ ਕਿਹਨੂੰ ਉਮੀਦਵਾਰ ਐਲਾਨ ਸਕਦੀ ਹੈ, ਇੱਕ ਵੱਡਾ ਮਸਲਾ ਬਣਿਆ ਹੋਇਆ। ਬ੍ਰੇਕ ਤੋਂ ਜਾਣ ਤੋਂ ਪਹਿਲਾਂ ਆਪਾਂ ਗੱਲ ਕੀਤੀ ਸੀਗੀ ਕਿ ਸੁਖਪਾਲ ਖਹਿਰਾ ਜਿਹੜੇ ਨੇ ਉਹ ਹੁਣ ਕਹਿ ਰਹੇ ਨੇ ਕਿ ਮੈਂ ਬੀਬੀ ਹਰਸਿਮਰਤ ਕੌਰ ਬਾਦਲ ਦੇ ਸਾਹਮਣੇ ਚੋਣ ਲੜਾਂਗਾ, ਅਤੇ ਉਹਨਾਂ ਨੂੰ ਕੋਸ਼ਿਸ਼ ਕੀਤੀ ਸੀਗੀ ਫੋਨ ਲਾਈਨ ਦੇ ਉੱਤੇ ਲਿਆਉਣ ਦੀ, ਲੇਕਿਨ ਹਜੇ ਉਹਨਾਂ ਨੇ ਸਾਡਾ ਫੋਨ ਪਿੱਕ ਨਹੀਂ ਕੀਤਾ। ਲੇਕਿਨ ਮੇਰੇ ਨਾਲ ਕਾਲਰਸ ਕਾਫੀ ਸਾਰੇ ਜੁੜੇ ਹੋਏ ਨੇ, ਉਹਨਾਂ ਦੇ ਵਿਚਾਰ ਆਪਾਂ ਜ਼ਰੂਰ ਜਾਣਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਵੀਰ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਆਪਣੇ ਸੈਕਰਮੈਂਟ ਤੋਂ ਬੋਲ ਰਿਹਾ, ਗੁਰਿੰਦਰ ਗਿੱਲ। ਹਾਂਜੀ ਜੀ ਜੀ ਜੀ, ਗਿੱਲ ਜੀ ਕੀ ਕਹਿਣਾ ਚਾਹੋਗੇ, ਕੀ ਲੱਗਦਾ ਤੁਹਾਨੂੰ? ਲੱਗਦਾ ਜੀ ਖਹਿਰਾ ਸਾਹਿਬ ਬੀਬੀ ਦੇ ਮਗਰ ਮਗਰ ਤਦੀ ਜਾ ਰਹੇ ਆ ਵੀ ਬੀਬੀ ਖਹਿਰਾ ਸਾਹਿਬ ਦੀ ਡਿਊਟੀ ਲੱਗੀ ਹੋਈ ਹੈ ਜੀ, ਵੀ ਕਿ ਜਿੱਥੇ ਜਾਣਗੇ ਬੀਬੀ ਦੇ ਮਗਰ ਜਾ ਕੇ ਉਹਨੂੰ ਜਿਤਾਉਣ ਦੀ ਜੀ, ਕਿਉਂਕਿ ਬਠਿੰਡੇ ਵਿੱਚ ਅੱਜ ਕੱਲ੍ਹ ਥੋੜੇ ਲੋਕ ਬਾਦਲਾਂ ਦੇ ਅਗੇਂਸਟ ਨੇ ਜੀ, ਤੇ ਸ਼ਾਇਦ ਬਾਦਲ ਉੱਥੋਂ ਮੂਵ ਕਰਨ ਜੀ,
ਪਰ ਮੇਨ ਗੱਲ ਇਹ ਵੀ ਉਧਰੋਂ ਅਮਰਿੰਦਰ ਸਿੰਘ ਵੀ ਬਾਦਲ ਦੇ ਨਾਲ ਖਿਚੜੀ ਦੇ ਵਿੱਚ ਹੀ ਹੈ, ਕਿਉਂਕਿ ਲਾਸਟ ਟਾਈਮ ਉਹਨੇ ਮਨਪ੍ਰੀਤ ਬਾਦਲ ਨਾਲ ਏਦਾਂ ਹੀ ਕਰੀ ਸੀ ਵੀ ਜਿੱਦਾਂ ਜਿੱਦਾਂ ਮੋਫਰ ਤੇ ਆਪਣੇ ਰਾਜਾ ਸਾਹਿਬ ਨੇ ਜਦੋਂ ਮਹਾਰਾਜ ਤੇ ਮੋਫਰ ਦੇ ਏਰੀਏ ਵਿੱਚੋਂ 30,000 ਦੀ ਲੀਡ ਤੋਂ ਲੈਂਦਾ ਲੈਂਦਾ ਆ ਕੇ 20,000 ਤੇ ਹਾਰ ਗਿਆ ਸੀਗਾ, ਕਿ ਇਹ ਜਿਹੜੀ ਆਪਣੇ ਬਾਦਲਾਂ ਨੂੰ ਜਿਉਂਦਾ ਰੱਖਣ ਲਈ ਇਹਨਾਂ ਨੇ ਜਿਤਾਉਣੀ ਤੇ ਹੈਗੀ ਆ। ਤੇ ਤੁਹਾਨੂੰ ਲੱਗਦਾ ਕਿ ਜਿੱਥੇ ਬੀਬੀ ਹਰਸਿਮਰਤ ਕੌਰ ਬਾਦਲ ਜਾਏਗੀ ਉੱਥੇ ਸੁਖਪਾਲ ਖਹਿਰਾ ਉਹਨਾਂ ਨੂੰ ਜਿਤਾਉਣ ਦੀ ਕਵਾਇਤ ਕਰੇਗੀ, ਕਿਉਂਕਿ ਇਹਨੇ ਆਪਦੀ ਵੋਟ ਸੀ, ਆਪਦੀ ਵੋਟ ਨੂੰ ਨਿਊਟਰਲ ਕਰਨਾ ਜਾਂ ਆਪਦੇ ਅਗੇਂਸਟ ਜਾਣਾ, ਆਪ ਨੂੰ ਆਪ ਨੂੰ ਨਿਊਟਰਲ ਕਰਨਾ, ਕਿਉਂਕਿ ਖਹਿਰਾ ਸਾਹਿਬ ਦੀ ਪ੍ਰੋਬਲਮ ਹੋ ਰਹਾ ਹੈ। ਬੰਦਾ ਬੜਾ ਚੰਗਾ, ਕਿਉਂਕਿ ਉਹਦਾ ਪਾਸਪੋਰਟ ਜ਼ਬਤ ਹੋਇਆ, ਬਾਹਰੋਂ ਜਾ ਨਹੀਂ ਸਕਦਾ, ਤੇ ਉਹਦੀ ਤੇ ਬੈਂਸਾਂ ਦੀ ਹੈਗੀ ਆ ਆਪਣੀ ਬੀਜੇਪੀ ਨਾਲ ਸਾਂਢ ਗਾਂਢ, ਇਹਦੀ ਬੈਂਸਾਂ ਨਾਲ ਬਹੁਤ ਨੇੜਤਾ ਹੈਗੀ ਆ, ਕਿਉਂਕਿ ਬੈਂਸਾਂ ਨੇ ਰਾਜ ਸਭਾ ਦੀ ਵੋਟ ਬੀਜੇਪੀ ਨੂੰ ਪਾਈ ਹੈ, ਕੋਈ ਤਾਂ ਕੰਟਰੈਕਟ ਹੋਇਆ ਹੀ ਹੋਣਾ, ਇਸ ਕਰਕੇ ਵੀ ਜਿਹੜੀ ਇਹ ਹੈਗੀ ਆ ਭਗਵੰਤ ਮਾਨ ਆਪਣੀ ਸੀਟ ਕੱਢ ਸਕਦਾ। ਬਾਕੀ ਆਬਵੀਅਸਲੀ ਪਹਿਲਾਂ ਤਾਂ ਆਪਾਂ ਸੋਚਦੇ ਹਾਂ ਵੀ ਕਿਉਂਕਿ ਸੀ 3-4 ਸੀਟਾਂ 5 ਵੀ ਲੈ ਸਕਦੀ ਸੀ ਆ, ਪਰ ਜਿਹੜੇ ਖਹਿਰਾ ਹੋਣਾ ਨੇ ਰੌਲਾ ਪਾ ਕੇ ਜੋ ਵੀ ਵਿਚਕਾਰ ਬਹੁਤ ਵੋਟਿੰਗ ਨੂੰ ਸਟਾਪ ਕਰਨਾ ਹੁੰਦਾ, ਜੋ ਵੀ ਪੋਲੀਟੀਕਲ ਪਾਰਟੀਆਂ ਸਿਸਟਮ ਖੇਡਦੀਆਂ ਗੇਮ ਖੇਡਦੀਆਂ ਉਹ ਗੇਮ ਵਿੱਚ ਉਹ ਵੀ ਸ਼ਾਮਲ ਨੇ। ਠੀਕ ਹੈ, ਤੇ ਕੀ ਲੱਗਦਾ ਅੰਮ੍ਰਿਤਸਰ ਤੋਂ ਤੁਹਾਨੂੰ ਕੀ ਲੱਗਦਾ? ਅੰਮ੍ਰਿਤਸਰ ਦੇ ਵਿੱਚ ਹਲੇ ਹਜੇ ਤਾਂ ਦੇਖੋ ਜੀ, ਮਨਮੋਹਨ ਸਿੰਘ ਨੂੰ ਖੜਾਉਣਾ ਚਾਹੁੰਦੇ ਆ ਜਾਂ ਕੀ ਕਰਨਾ ਚਾਹੁੰਦੇ ਆ, ਉਧਰੋਂ ਕੁਲਦੀਪ ਸਿੰਘ ਧਾਲੀਵਾਲ ਆਪਦੇ ਖੜੇ, ਕਿਉਂਕਿ ਉਹ ਸੀਟ ਬੜੀ ਹੈ ਤਾਂ ਵੈਸੇ ਬਹੁਤ ਜ਼ਿਆਦਾ ਸਿੱਖ ਵੋਟ ਆ ਉੱਥੇ, ਪਰ ਫਿਰ ਵੀ ਸਮਾਂ ਇਹ ਕਾਂਗਰਸ ਨੂੰ ਜ਼ਿਆਦਾ ਫੇਵਰ ਕਰਦੀ ਰਹਿੰਦੀ ਹੈ ਹਰ ਵਕਤ ਹੀ। ਔਜਲਾ ਸਾਹਿਬ ਨੇ ਕੰਮ ਵੀ ਠੀਕ ਠਾਕ ਕਰੇ, ਚੰਗੇ ਕਰੇ, ਪਰ ਦੇਖੋ ਵੀ ਉੱਥੇ ਪਹਿਲਾਂ ਟਿਕਟ ਕਿਹਨੂੰ ਮਿਲਦੀ ਹੈ। ਠੀਕ ਹੈ, ਨਵਜੋਤ ਕੌਰ ਸਿੱਧੂ ਨੂੰ ਟਿਕਟ ਮਿਲ ਸਕਦੀ ਹੈ, ਇਹ ਕਿਆਸ ਜਿਹੜੇ ਨੇ ਲਗਾਏ ਜਾ ਰਹੇ ਨੇ, ਤੁਹਾਨੂੰ ਲੱਗਦਾ ਕਿ ਜੇਕਰ ਨਵਜੋਤ ਕੌਰ ਸਿੱਧੂ ਨੂੰ ਮਿਲੇਗੀ ਤਾਂ ਜਿੱਤ ਸਕਦੇ ਨੇ ਉੱਥੋਂ ਦੀ? ਕਿਉਂਕਿ ਉੱਥੇ ਕਾਂਗਰਸ ਦਾ ਸਟਰੋਂਗ ਹੋਲਡ ਹੈਗਾ ਜੀ, ਉਹ ਤਾਂ ਆਪਾਂ ਕਹਿ ਸਕਦੇ ਹਾਂ ਕਾਂਗਰਸ ਦਾ ਸਟਰੋਂਗ ਹੋਲਡ ਆ। ਜੇ ਔਜਲਾ ਸਾਹਿਬ ਦਾ ਉੱਥੇ ਵੀ ਕੋਈ ਏਦਾਂ ਦੀ ਗੱਲਬਾਤ ਨਹੀਂ ਹੈਗੀ ਵੀ ਉੱਥੇ ਲੋਕ ਕਿੰਤੂ ਪਰੰਤੂ ਕਰਨ, ਉਹ ਬੰਦਾ ਗਲਤ ਆ ਜਾਂ ਉਹਨੇ ਕੁਛ ਕੰਮ ਕਰਿਆ, ਇਸ ਕਰਕੇ ਦੇਖੋ ਵੀ ਔਜਲਾ ਸਾਹਿਬ ਉਹਦੀ ਹਿੰਮਤ ਉਹਦੀ ਹੈਲਪ ਕਰਦੇ ਜਾਂ ਨਹੀਂ ਕਰਦੇ, ਜਾਂ ਰੁੱਸ ਕੇ ਘਰੇ ਬਹਿ ਜਾਂਦੇ ਆ, ਕਿਉਂਕਿ ਮੌਕਾ ਦੱਸੂਗਾ ਵੀ ਉੱਥੇ ਕੀ ਸਰਕਮਸਟੈਂਸ ਬਣਨਗੇ। ਠੀਕ ਹੈ ਜੀ, ਮਿਹਰਬਾਨੀ ਤੁਹਾਡੀ ਬਹੁਤ ਬਹੁਤ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਰੱਖੇ। ਅਤੇ ਮੈਂ ਆਪਣੇ ਕਾਲਰਾਂ ਨੂੰ ਦਰਖਵਾਸਤ ਕਰਾਂਗਾ ਕਿ ਜੀ ਤੁਸੀਂ ਜੇਕਰ ਆਪਣੇ ਵਿਚਾਰ ਰੱਖਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ ਜਿਹੜਾ ਟੀਵੀ ਸਕਰੀਨ ਦੇ ਉੱਤੇ ਇਸ ਟਾਈਮ ਚੱਲ ਰਿਹਾ, ਔਰ ਤੁਸੀਂ ਕਿਹੜੀ ਪਾਰਲੀਮੈਂਟਰੀ ਕੰਸਟੀਟੂਐਂਸੀ ਤੋਂ ਸੰਬੰਧ ਰੱਖਦੇ ਹੋ, ਔਰ ਤੁਹਾਨੂੰ ਕੀ ਲੱਗਦਾ ਕਿ ਤੁਹਾਡੀ ਜਿਹੜੀ ਪਾਰਲੀਮੈਂਟ ਸੀਟ ਹੈਗੀ ਹੈ ਉੱਥੋਂ ਦੀ ਕਿਹੜਾ ਕੈਂਡੀਡੇਟ ਜਿਹੜਾ ਹੈਗਾ ਉਹ ਲੋਕਾਂ ਦੇ ਲਈ ਵਾਕਈ ਹੀ ਕੰਮ ਕਰਨ ਦੇ ਵਿੱਚ ਅੱਗੇ ਵਧੇਗਾ ਔਰ ਪ੍ਰੋਗਰੈਸਿਵ ਕਰੇਗਾ ਆਪਣੀ ਉਸ ਪਾਰਲੀਮੈਂਟਰੀ ਸੀਟ ਨੂੰ? ਹਾਲ ਫਿਲਹਾਲ ਦੇ ਵਿੱਚ ਜਿਹੜੀ ਹੌਟ ਸੀਟਾਂ ਜਿਹੜੀਆਂ ਸਾਹਮਣੇ ਆ ਰਹੀਆਂ ਹਨ, ਫਿਰੋਜ਼ਪੁਰ ਦੀ, ਗੁਰਦਾਸਪੁਰ ਦੀ, ਅੰਮ੍ਰਿਤਸਰ ਦੀ, ਪਟਿਆਲਾ ਦੀ, ਇਹਨਾਂ ਸੀਟਾਂ ਦੇ ਉੱਤੇ ਕੈਂਡੀਡੇਟ ਜਿਹੜੇ ਨੇ ਵੱਖ ਵੱਖ ਪਾਰਟੀਆਂ ਵੱਲੋਂ ਹਜੇ ਨਹੀਂ ਜਿਹੜੇ ਨੇ ਐਲਾਨੇ ਗਏ ਨੇ, ਲੇਕਿਨ ਜਦ ਜਿਵੇਂ ਹੀ ਚੋਣਾਂ ਨਜ਼ਦੀਕ ਆਉਣਗੀਆਂ ਔਰ ਜਦ ਅਖੀਰਲੀ ਤਰੀਕ ਆਏਗੀ ਤਾਂ ਵੇਖਣਾ ਹੋਏਗਾ ਕਿ ਕਿਹੜਾ ਕੈਂਡੀਡੇਟ ਕਿੱਥੋਂ ਜਿੱਤ ਕੇ ਸਾਹਮਣੇ ਆਉਂਦਾ ਜਾਂ ਫਿਰ ਕਿੱਥੋਂ ਆਪਣਾ ਨਾਮਜ਼ਦਗੀ ਭਰਦਾ ਔਰ ਕਿਹੜਾ ਕਿਹਦੇ ਉੱਤੇ ਭਾਰੀ ਹੁੰਦਾ। ਖੈਰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ, ਲੇਕਿਨ ਤੁਸੀਂ ਸਮਾਂ ਜੋ ਤੁਹਾਨੂੰ ਲੱਗਦਾ ਕਿ ਇਹ ਉਹ ਬਣ ਸਕਦਾ ਉਹ ਤੁਸੀਂ ਅੱਜ ਮੇਰੇ ਨਾਲ ਇਸ ਮੰਚ ਦੇ ਉੱਤੇ ਰੱਖ ਸਕਦੇ ਹੋ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਅਤੇ ਦੋਸਤੋ ਮੁੜ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ, ਅੱਜ ਦਾ ਮੁੱਦਾ ਲੈ ਕੇ ਕਾਲਰ ਸਾਡੇ ਨਾਲ ਜੁੜੇ ਹੋਏ ਹਨ, ਉਹਨਾਂ ਦੇ ਵਿਚਾਰ ਆਪਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਸ਼ੇਰਗਿੱਲ ਬੋਲਦਾ, ਲਾਸ ਏਂਜਲਸ ਤੋਂ। ਸਤਿ ਸ਼੍ਰੀ ਅਕਾਲ ਸ਼ੇਰਗਿੱਲ ਸਾਹਿਬ, ਠੀਕ ਹੋ? ਹਾਂਜੀ ਬਿਲਕੁਲ। ਜੀ ਜੀ ਜੀ, ਅਸੀਂ ਆ ਰਹੇ ਹਾਂ ਜੀ ਕੈਲੀਫੋਰਨੀਆ ਨੈਕਸਟ ਵੀਕ ਤੁਹਾਡੇ ਕੋਲ, ਉੱਥੇ ਹੀ ਸ਼ੋਰ ਜੀ ਸ਼ੋਰ ਕਿਉਂ ਨਹੀਂ ਲੰਗੇ ਤੁਹਾਨੂੰ, ਪੂਰੀ ਟੀਮ ਸਾਡੀ ਆ ਰਹੀ ਹੈ ਕੈਲੀਫੋਰਨੀਆ। ਐਲਜੀ ਵਿੱਚ ਆ ਰਹੇ ਹੋ? ਐਲਜੀ ਜੀ, ਅਸੀਂ ਸੈਕਰਮੈਂਟੋ ਹੋਵਾਂਗੇ, ਅਸੀਂ ਸੈਨ ਹੋਜ਼ੇ ਹੋਵਾਂਗੇ, ਫ੍ਰੀਮੌਂਟ ਹੋਵਾਂਗੇ, ਤੇ ਨਾਲੇ ਅਸੀਂ ਸੈਨ ਫਰਾਂਸਿਸਕੋ ਹੋਵਾਂਗੇ। ਤਾਂ ਤੁਸੀਂ ਜੇਕਰ ਮੇਰੇ ਨਾਲ ਰਾਬਤਾ ਕਾਇਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ harkirat@justbroadcasting.com, info@justbroadcasting.com ਦੇ ਉੱਤੇ। ਅਸੀਂ ਵੱਖ ਵੱਖ ਟਾਊਨਾਂ ਦੇ ਉੱਤੇ ਜਾ ਕੇ ਵੀ ਜਿਹੜੇ ਉਹਨਾਂ ਦੇ ਲੋਕਲ ਮੁੱਦੇ ਹਨ, ਮਸਲੇ ਹਨ, ਉਹ ਜਾ ਕੇ ਅੱਜ ਦਾ ਮੁੱਦਾ ਆਪਾਂ ਉੱਥੋਂ ਦੀ ਵੀ ਲਾਈਵ ਕਰਾਂਗੇ। ਤਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ ਜੇਕਰ ਚਾਹੁੰਦੇ ਹੋ ਕਿ ਅਸੀਂ ਤੁਹਾਡੇ ਸ਼ਹਿਰ ਆਈਏ, ਤਾਂ ਜ਼ਰੂਰ ਅਸੀਂ ਆਵਾਂਗੇ ਔਰ ਤੁਹਾਡੇ ਜਿਹੜੇ ਉੱਥੇ ਦੇ ਮਸਲੇ ਨੇ ਉਹਨਾਂ ਨੂੰ ਵੀ ਉਠਾਉਣ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਸ਼ੇਰਗਿੱਲ ਸਾਹਿਬ, ਕੀ ਰੱਖਣਾ ਚਾਹੋਗੇ ਅੱਜ ਦੇ ਮਸਲੇ ਦੇ ਉੱਤੇ ਤੁਸੀਂ ਗੱਲ? ਜੀ ਮੈਂ ਤਾਂ ਇਹ ਕਹੂੰਗਾ ਵੀ ਜਿਹੜੀ ਇੰਡੀਆ ਦੀ ਹੁਣ ਪਾਰਲੀਮੈਂਟਰੀ ਚੋਣ ਆ ਰਹੀ ਹੈ ਨਾ, ਜਿਹੜਾ ਐਲਾਨ ਹੋਇਆ ਇਹ ਤਾਂ ਇੱਕ ਅਜੀਬੋ ਗਰੀਬ ਜਿਹਾ ਦੇਸ਼ ਭਗਤੀ ਦਾ ਇੱਕ ਬੁਖਾਰ ਜਿਹਾ ਚੜਿਆ ਹੋਇਆ, ਉਹਦਾ ਵਾਸਤਾ ਦੇ ਕੇ ਮੇਰੇ ਖਿਆਲ ਵੋਟਾਂ ਖਰੀਦਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਠੀਕ ਹੈ, ਚਲੋ ਮੈਂ ਇੰਡੀਆ ਤੋਂ ਤਾਂ ਬਾਹਲਾ ਤੌਰ ਤੇ ਨਹੀਂ ਜਾਂਦਾ ਬਾਈ ਜੀ, ਮੈਂ ਪੰਜਾਬ ਦੀ ਗੱਲ ਕਰੂੰਗਾ। ਚਲੋ ਆਪਾਂ 13 MP ਜਿਹੜੇ ਦੇਣੇ ਆ ਪੰਜਾਬ ਦੇ ਲੋਕਾਂ ਨੂੰ, ਮੈਂ ਕਹੂੰਗਾ ਜਿਹੜੇ ਹੁਣ ਚੁਣੇ ਗਏ MP ਚੋਂ ਜਿਹੜੇ ਖੜੇ ਆ, ਇਹਨਾਂ ਚ ਇੱਕੋ ਇੱਕ MP ਹੈ ਬਾਈ ਜੀ, ਉਹ ਹੈ ਧਰਮਵੀਰ ਗਾਂਧੀ, ਜਿਹਨੇ
ਜਿਹਨੇ ਕਿ ਸੋਸ਼ਲ ਕੰਮ ਵੀ ਆਪਦੀ ਲਾਈਫ 'ਚ ਬਹੁਤ ਵਧੀਆ ਕੀਤਾ ਹੈ, ਐਜ ਏ ਐਮ ਪੀ ਵੀ ਮੇਰਾ ਖਿਆਲ ਉਹਨਾਂ ਨੇ ਲਾ ਵੱਡੇ ਪ੍ਰੋਜੈਕਟ ਰੇਲਵੇ ਪ੍ਰੋਜੈਕਟ ਤੋਂ ਲੈ ਕੇ ਪਿੰਡਾਂ ਦੇ 138 ਪਿੰਡ ਬਾਈ ਜੀ ਸਕੂਲ ਹੈ, ਰੈਕਡ ਆ, ਔਨ ਰੈਕਡ ਹੈ, ਤੇ ਜਿੱਥੇ ਸਕੂਲਾਂ 'ਚ ਬੈਂਚ ਬਾਥਰੂਮ ਬਣਾਏ ਤੇ ਹੋਰ ਕਮਰਿਆਂ 'ਚ ਦਿੱਤੇ ਕਮਰੇ ਬਣਵਾਏ, ਤੇ ਸਭ ਤੋਂ ਵੱਡੀ ਗੱਲ ਕੀਤੀ 138 ਪਿੰਡਾਂ 'ਚ ਉਹਨਾਂ ਨੇ ਸ਼ਮਸ਼ਾਨ ਘਾਟ ਬਣਵਾਏ ਬਾਈ ਜੀ। ਪਹਿਲਾਂ ਪੰਚਾਇਤ ਤੋਂ ਉਹਨਾਂ ਨੇ ਐਗਰੀਮੈਂਟ ਲਿਖਾ ਕੇ ਇਹ ਬਣਾਏ ਵੀ ਤੁਸੀਂ ਸਾਰੇ ਪਿੰਡ ਰਲ ਕੇ ਸਣੇ ਦਲਿਤ ਗਰੀਬ ਸਾਰੇ ਉੱਥੇ ਸਰਕਾਰ ਕਰਨਗੇ, ਲਿਖਾਇਆ ਪਹਿਲਾਂ। ਤੇ ਹੋਰ ਉਹਨਾਂ ਨੇ ਜ਼ਿੰਦਗੀ 'ਚ ਇਹ ਵੀ ਰਿਕਾਰਡ ਹੈ ਜੀ, ਕਿਸੇ ਦੀ ਸਿਫਾਰਿਸ਼ ਗਲਤ ਨਹੀਂ ਕੀਤੀ, ਕਿਸੇ ਦਾ ਸਿਫਾਰਿਸ਼ ਗਲਤ ਬੰਦੇ ਦੀ ਉਹਨੇ ਕਿਸੇ ਦੀ ਹਿਮਾਇਤ ਨਹੀਂ ਕੀਤੀ, ਪੂਰੀ ਪਾਰਦਰਸ਼ੀ ਨਾਲ। ਮੈਂ ਤਾਂ ਕਹੂੰਗਾ ਚਲੋ ਕੋਈ ਵੀ ਪਾਰਟੀ ਦਾ ਬੰਦਾ, ਮੈਂ ਕਹੂੰਗਾ ਸਾਰੀਆਂ ਪਾਰਟੀਆਂ ਦੇ ਇਕਾਸ਼ ਸਾਡੇ, ਮੈਂ ਵਿਸ਼ ਕਰੂੰਗਾ ਸਾਰੀਆਂ ਪਾਰਟੀਆਂ ਧਰਮਵੀਰ ਗਾਂਧੀ ਵਰਗੇ ਐਮ ਪੀ ਆਪਣੇ ਚੋਣ ਨਾਮਜ਼ਦ ਕਰਨ, ਉਹ ਜੀ ਅੱਗੇ ਜਾਣ। ਮੇਰਾ ਖਿਆਲ ਆ ਫਿਰ ਇਲਾਕੇ ਦੀ, ਹਰ ਇੱਕ ਆਪਣੇ ਆਪਣੇ ਇਲਾਕੇ ਦੀ ਸੁਹਾਰ ਜ਼ਰੂਰ ਬਦਲ ਸਕਦੀ ਆ, ਕਿਉਂਕਿ ਇੰਡੀਆ ਨੂੰ ਬਦਲਣਾ ਬਾਈ ਜੀ ਬਹੁਤ ਹਾਰਡ ਆ। ਮੈਨੂੰ ਪਤਾ ਉਹ 73 ਪਾਰਟੀਆਂ ਹੈ, ਪਰ ਮੈਂ ਕਹੂੰਗਾ ਇੰਨੀ ਕੁਛ ਹੈ ਵੀ ਇਮਾਨਦਾਰੀ ਵਾਲੇ ਜਿੰਨੇ ਵੱਧ ਬੰਦੇ ਸਹੂਲੀਅਤ ਕਰਨਗੇ, ਉਨਾ ਹੀ ਪੰਜਾਬ ਦੇ ਪਿੰਡਾਂ ਦਾ ਵੱਧ ਭਲਾ ਹੋਊਗਾ, ਤੇ ਉਨੀ ਪਾਰਦਰਸ਼ੀ ਹੋਊਗੀ ਲੋਕਾਂ 'ਚ, ਜਿਹੜੀ ਕੜਵਾਹਟ ਘਟੂਗੀ, ਆਹ ਜਿਹੜੀ ਲੈਣ ਦੇਣ ਵਾਲੀ ਹੈ, ਇੱਕ ਦੂਜੇ ਦੇ ਮਗਰ ਲੱਗ ਕੇ ਇੱਕ ਦੂਜੇ ਨਾਲ ਲੜਾਈਆਂ ਕਰਾਉਣੀਆਂ, ਉਹ ਇਹ ਜ਼ਰੂਰ ਘਟੂਗੀ। ਉਹ ਬੰਦਾ ਜ਼ਰੂਰ ਡਿਜ਼ਰਵ ਕਰਦਾ, ਮੈਂ ਕਹੂੰਗਾ ਉਹੋ ਜਿਹੇ ਬੰਦਿਆਂ ਦੀ ਮਦਦ ਕਰਨੀ ਚਾਹੀਦੀ ਬਾਈ ਜੀ। ਬਸ ਮਿਹਰਬਾਨੀ ਸ਼ੇਰਗਿੱਲ ਸਾਹਿਬ, ਬਹੁਤ ਵਧੀਆ ਤੁਸੀਂ ਉਦਾਹਰਣ ਦਿੱਤਾ, ਕਿਉਂਕਿ 13 ਜਿਹੜੇ ਐਮ ਪੀ ਹੋਣਗੇ ਪੰਜਾਬ ਦੇ ਵਿੱਚ ਜਿਹੜੇ ਜਿੱਤ ਕੇ ਸਾਹਮਣੇ ਆਉਣਗੇ, ਉਹੀ ਪੰਜਾਬ ਨੂੰ ਰੀਪ੍ਰਜੈਂਟ ਕਰਦੇ ਹਨ ਪਾਰਲੀਮੈਂਟ ਦੇ ਵਿੱਚ, ਜਿਹੜੇ ਮੁੱਦੇ ਪੰਜਾਬ ਦੇ ਹਨ ਉਹੀ ਉਹਨਾਂ ਦੀ ਹਿਮਾਇਤ ਕਰ ਸਕਦੇ ਹਨ ਜੇਕਰ ਉਹ ਮਨ ਤੋਂ ਚਾਹੁਣ। ਲੇਕਿਨ ਉਹ 13 ਐਮ ਪੀ ਹੁਣ ਇਸ ਵਾਰ 2019 ਦੇ ਵਿੱਚ ਕੌਣ ਹੋਣਗੇ, ਇਹ ਇੱਕ ਵੱਡਾ ਸਵਾਲ ਬਣਿਆ ਹੋਇਆ। ਕਾਂਗਰਸ ਪਾਰਟੀ ਕਹਿ ਰਹੀ ਹੈ ਕਿ ਅਸੀਂ ਉਹਨਾਂ ਕੈਂਡੀਡੇਟਸ ਨੂੰ ਉਤਾਰਾਂਗੇ ਜਿਹੜੇ ਕਿ ਆਲਰੇਡੀ ਹੀ ਸੀਟਾਂ ਤੋਂ ਜਿੱਤ ਕੇ ਆਏ ਹਨ, ਗੁਰਦਾਸਪੁਰ ਤੋਂ ਸੁਨੀਲ ਜਾਖੜ, ਔਜਲਾ ਸਾਹਿਬ ਅੰਮ੍ਰਿਤਸਰ ਤੋਂ, ਅਤੇ ਆਪਣੇ ਉਹ ਇਹਨਾਂ ਦੇ ਪੱਕੇ ਕੈਂਡੀਡੇਟ ਹੋਣਗੇ ਜਿਨ੍ਹਾਂ ਨੂੰ ਉਹ ਰੀਪ੍ਰਜੈਂਟ ਕਰ ਸਕਦੇ ਹਨ। ਹਜੇ ਕਾਂਗਰਸ ਨੇ ਆਪਣੇ ਜਿਹੜੇ ਪੱਤੇ ਹਨ ਉਹ ਨਹੀਂ ਖੋਲ੍ਹੇ। ਲੇਕਿਨ ਇਹ ਗੱਲ ਨਾਲ ਮੈਂ ਜ਼ਰੂਰ ਸਹਿਮਤ ਹੈਗਾ ਸ਼ੇਰਗਿੱਲ ਸਾਹਿਬ ਦੀ ਕਿ 13 ਬੰਦੇ ਉਹ ਹੋਣੇ ਚਾਹੀਦੇ ਹਨ, ਉਹ ਕਰੀਮ ਹੋਣੀ ਚਾਹੀਦੀ ਹੈ ਜੋ ਕਿ ਪੰਜਾਬ ਦੇ ਮਸਲਿਆਂ ਨੂੰ, ਪੰਜਾਬ ਦੇ ਉਹਨਾਂ ਸਾਰੇ, ਭਾਵੇਂ ਉਹ ਪਾਣੀਆਂ ਦਾ ਮੁੱਦਾ ਹੋਵੇ, ਭਾਵੇਂ ਉਹ ਕਿਸਾਨੀ ਦਾ ਮੁੱਦਾ ਹੋਵੇ, ਭਾਵੇਂ ਉਹ ਨਸ਼ਿਆਂ ਦਾ ਮੁੱਦਾ ਹੋਵੇ, ਭਾਵੇਂ ਪੰਜਾਬ ਨੂੰ ਇੱਕ ਵਧੀਆ ਭਵਿੱਖ ਦੇਣਾ ਹੋਵੇ, ਤਾਂ ਉਹ ਅਜਿਹੇ ਮਸਲੇ ਜਿਹੜੇ ਨੇ ਪਾਰਲੀਮੈਂਟ ਦੇ ਵਿੱਚ ਰੱਖਣ ਜਿੱਥੇ ਪੰਜਾਬ ਦਾ ਭਵਿੱਖ ਸੁਨਹਿਰਾ ਹੋ ਸਕੇ, ਪੰਜਾਬ ਪ੍ਰੋਗਰੈਸਿਵ ਹੋ ਸਕੇ। 2019 ਦੇ ਵਿੱਚ ਕੌਣ ਹੋਣਗੇ ਉਮੀਦਵਾਰ ਵੱਖ ਵੱਖ ਪਾਰਲੀਮੈਂਟ ਸੀਟਸ ਤੋਂ, ਇਹ ਇੱਕ ਵੱਡਾ ਸਵਾਲ ਬਣਿਆ। ਲੇਕਿਨ ਜਸ ਬ੍ਰੋਡਕਾਸਟਿੰਗ ਤੁਹਾਡੇ ਸਾਹਮਣੇ ਉਹ ਸਾਰੇ ਸਵਾਲਾਂ ਦਾ ਜਵਾਬ ਜ਼ਰੂਰ ਲੈ ਕੇ ਆਏਗਾ, ਵੱਖ ਵੱਖ ਪੈਰੋਕਾਰਾਂ ਨੂੰ, ਵੱਖ ਵੱਖ ਸਿਆਸਤਦਾਨਾਂ ਨੂੰ, ਵੱਖ ਵੱਖ ਪੱਤਰਕਾਰਾਂ ਨੂੰ ਇਸ ਮੰਚ ਦੇ ਉੱਤੇ ਜ਼ਰੂਰ ਲੈ ਕੇ ਆਵਾਂਗੇ ਔਰ ਕਰਾਂਗੇ ਨਿਰਪੱਖ ਗੱਲ, ਕਿਉਂਕਿ ਇਹੀ ਤਾਂ ਹੈ ਅੱਜ ਦਾ ਮੁੱਦਾ। ਬਹੁਤ ਬਹੁਤ ਧੰਨਵਾਦ। ਮੈਂ ਸੀਗਾ ਹਰਕੀਰਤ ਸਿੰਘ ਆਲੂਵਾਲੀਆ।